एक पैरी ब्लास की दी बुक हैगी है, उन्होंने लिखी हैगी है ब्लड फॉर ब्लड ते 50 ईयर ऑफ द ग्लोबल खालिस्तान प्रोजेक्ट। क्योंकि ब्रीफ ये है कि ऑपरेशन ब्लू स्टार तो बाद विदेशों के जिहड़ी खालिस्तानी लहर आ वो फटाफट वो बहुत जोर फड़न लग पई सी। जिहड़े भी बंदे ਬਿਲਕੁਲ ਦਿਓਲ ਸਾਹਿਬ ਉਹਦੇ ਐਕਚੁਅਲ ਫੈਕਟ ਹੈਗੇ ਨੇ 268 ਜਿਹੜੇ ਹੈਗੇ ਸੀ ਕੈਨੇਡੀਅਨ ਸਿਟੀਜ਼ਨ ਹੈਗੇ ਸੀਗੇ, ਉਹਦੇ ਵਿੱਚੋਂ 27 ਜਿਹੜੇ ਹੈਗੇ ਸੀ ਬ੍ਰਿਟਿਸ਼ ਸਿਟੀਜ਼ਨ ਹੈਗੇ ਸੀਗੇ ਔਰ 24 ਜਿਹੜੇ ਹੈਗੇ ਸੀਗੇ ਉਹ ਇੰਡੀਅਨ ਸਿਟੀਜ਼ਨ ਹੈਗੇ ਸੀਗੇ। ਟੋਟਲ ਬੰਦੇ ਜਿਹੜੇ ਉਦੋਂ ਉਹ ਜਿਨ੍ਹਾਂ ਦੀ ਡੈਥ ਹੋਈ ਹੈ ਉਹਦੇ ਵਿੱਚ 329 ਲੋਕਾਂ ਦੀ ਉਸ ਸਮੇਂ ਉਹ ਉਸ ਫਲਾਈਟ ਦੇ ਵਿੱਚ ਮੌਤ ਹੋ ਗਈ ਹੈਗੀ। ਤੇ 2005 ਵਿੱਚ ਮੌਕੇ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਪਾਲ ਮਾਰਟਨ, ਉਹਨਾਂ ਨੇ ਹਿੱਸਾ ਲਿਆ ਪਹਿਲੀ ਵਾਰ ਕੋਰਕ ਆਈਲੈਂਡ ਜਾ ਕੇ, ਤੇ ਉੱਥੇ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਇਹ ਜਿਹੜੀ ਟ੍ਰੈਜਡੀ ਆ ਇਟ ਇਜ਼ ਅ ਵੈਰੀ ਮੱਚ ਕੈਨੇਡੀਅਨ ਟ੍ਰੈਜਡੀ, ਇਹ ਸਾਜ਼ਿਸ਼ ਇਹਦੀ ਕੈਨੇਡਾ ਵਿੱਚ ਹੋਈ ਆ, ਇਹਦੇ ਵਿੱਚ ਨੁਕਸਾਨ ਕੈਨੇਡੀਅਨਸ ਦਾ ਹੋਇਆ, ਕੈਨੇਡੀਅਨ ਮਾਊਂਟਡ ਪੁਲਿਸ। ਦੇਸ਼ ਦੁਨੀਆ ਦੇ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਸੁਖੀ ਚਹਿਲ, ਤੁਸੀਂ ਦੇਖ ਰਹੇ ਹੋ ਦੀ ਖਾਲਸਾ ਟੁਡੇ। ਮੇਰੇ ਨਾਲ ਅੱਜ ਟੋਰਾਂਟੋ ਤੋਂ ਕੈਨੇਡਾ ਤੋਂ ਬਹੁਤ ਹੀ ਸੀਨੀਅਰ ਪੱਤਰਕਾਰ ਪੰਜਾਬੀ ਦੇ ਔਰ ਜਿਹੜੇ ਕਿ ਮੁੱਖ ਸੰਪਾਦਕ ਵੀ ਰਹੇ ਹੈਗੇ ਨੇ ਇੱਕ ਵੀਕਲੀ ਨਿਊਜ਼ ਪੇਪਰ ਦੇ, ਉਹਨਾਂ ਨੂੰ ਆਪਾਂ ਗੱਲ ਕਰਾਂਗੇ ਹੈਗੇ। ਉਹਨਾਂ ਦਾ ਨਾਮ ਹੈਗਾ ਜੀ ਬਲਰਾਜ ਦਿਓਲ ਸਾਹਿਬ, ਤੇ ਦਿਓਲ ਸਾਹਿਬ ਸਾਡੇ ਨਾਲ ਜੁੜੇ ਹੋਏ ਹੈਗੇ ਨੇ। ਦਿਓਲ ਸਾਹਿਬ ਨਮਸਕਾਰ, ਸਤਿ ਸ੍ਰੀ ਅਕਾਲ ਜੀ। ਨਮਸਕਾਰ, ਸਤਿ ਸ੍ਰੀ ਅਕਾਲ ਜੀ। ਦਿਓਲ ਸਾਹਿਬ, ਅੱਜ ਆਪਾਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਆਪਾਂ ਜਿਹੜੀ ਗੱਲਬਾਤ ਕਰਨ ਜਾ ਰਹੇ ਹੈਗੇ ਹਾਂ ਉਹ ਹੈਗਾ ਬਲੱਡ ਫਾਰ ਬਲੱਡ, ਤੇ ਇੱਕ ਟੈਰੀ ਬਲਾਸਕੀ ਦੀ ਬੁੱਕ ਹੈਗੀ ਹੈ, ਉਹਨਾਂ ਨੇ ਲਿਖੀ ਹੈਗੀ ਹੈ ਬਲੱਡ ਫਾਰ ਬਲੱਡ ਤੇ 50 ਈਅਰ ਆਫ ਦਾ ਗਲੋਬਲ ਖਾਲਿਸਤਾਨ ਪ੍ਰੋਜੈਕਟ। ਕਿਉਂਕਿ ਟੈਰੀ ਬਲਾਸਕੀ ਤੁਹਾਡੇ ਵੀ ਬਹੁਤ ਅੱਛੇ ਮਿੱਤਰ ਹੈਗੇ ਨੇ, ਮੇਰੇ ਵੀ ਮਿੱਤਰ ਹੈਗੇ ਨੇ ਔਰ ਮੈਂ ਵੀ ਇਹ ਬੁੱਕ ਰਿਵਿਊ ਕਰ ਚੁੱਕਿਆ ਹੈਗਾ ਔਰ ਇਹਦੇ ਇੱਕ ਤਾਂ ਇੱਕ ਬੁੱਕ ਬਾਰੇ ਜਾਣਕਾਰੀ ਦਿਓ ਔਰ ਬੁੱਕ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈਗਾ ਸੀ ਵੀ ਤੁਹਾਡੇ ਆਲਮੋਸਟ 40 ਸਾਲ ਤੋਂ ਜ਼ਿਆਦਾ ਤੁਸੀਂ ਹੋ ਗਏ ਇੱਥੇ ਕੈਨੇਡਾ ਦੇ ਵਿੱਚ ਰਹਿੰਦਿਆਂ ਨੂੰ ਪੰਜਾਬੀ ਭਾਈਚਾਰੇ ਦੇ ਵਿੱਚ ਔਰ ਪੱਤਰਕਾਰਤਾ ਦੇ ਵਿੱਚ ਤੁਹਾਡੀ ਬਹੁਤ ਵੱਡੀ ਦੇਣ ਹੈਗੀ ਹੈ, ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਔਰ ਕਿਹੜੇ ਤੁਹਾਡਾ ਨਿਊਜ਼ ਪੇਪਰ ਤੁਸੀਂ ਕੱਢਦੇ ਹੈਗੇ ਸੀ ਜਿਹਦੇ ਤੁਸੀਂ ਸੰਪਾਦਕ ਹੈਗੇ ਸੀ, ਉਹਦੇ ਬਾਰੇ ਥੋੜ੍ਹੀ ਜਿਹੀ ਦੱਸੋਗੇ ਹੈਗੇ ਬਰੀਫਲੀ? ਚੱਲ ਸਾਹਿਬ, 45 ਸਾਲ ਹੋ ਗਿਆ ਮੈਨੂੰ ਇੱਥੇ ਕੈਨੇਡਾ ਵੱਸਦਿਆਂ ਨੂੰ। ਤਕਰੀਬਨ ਮੈਂ ਟੋਰਾਂਟੋ ਜਾਂ ਟੋਰਾਂਟੋ ਦੇ ਆਸ ਪਾਸ ਦੀਆਂ ਸਬਰਬਸ ਦੇ ਵਿੱਚ ਹੀ ਰਿਹਾ। ਇਸ ਸਮੇਂ ਮੈਂ ਬਰੰਪਟਨ 'ਚ ਰਹਿੰਦਾ, ਜਦੋਂ ਕੋਈ ਬਾਹਰਲਾ ਪੁੱਛੇ ਤਾਂ ਟੋਰਾਂਟੋ ਕਹਿ ਦੀਦਾ, ਵੱਡਾ ਸ਼ਹਿਰ ਨਾਲ ਟੋਰਾਂਟੋ ਹੀ ਆ, ਅਤੇ ਜਿਹੜਾ ਬਰੰਪਟਨ ਹੈ ਵੈਸਟ ਆਫ ਟੋਰਾਂਟੋ ਇੱਕ ਸਬਰਬ ਆ ਟੋਰਾਂਟੋ ਦੀ, ਗ੍ਰੇਟਰ ਟੋਰਾਂਟੋ ਏਰੀਆ ਦਾ ਹਿੱਸਾ। ਅਤੇ ਅਖਬਾਰ ਮੈਂ 1999 ਦੇ ਵਿੱਚ ਸ਼ੁਰੂ ਕੀਤਾ ਸੀ, ਖਬਰਨਾਮਾ ਪੰਜਾਬੀ ਵੀਕਲੀ, ਅਤੇ ਅਜੇ ਤੱਕ ਵੀ ਕੱਢਦੇ ਹਾਂ, ਪਰ ਕਰੋਨਾ ਸ਼ੁਰੂ ਹੋਣ ਤੋਂ ਬਾਅਦ ਪਿਛਲੇ ਸਾਲ ਮਾਰਚ ਦੇ ਵਿੱਚ ਜਿਹੜਾ ਪ੍ਰਿੰਟ ਐਡੀਸ਼ਨ ਆ ਇਹਦਾ ਉਹ ਸਸਪੈਂਡ ਕਰਨਾ ਪਿਆ ਸੀ, ਹੁਣ ਸਿਰਫ ਵੈਬ ਐਡੀਸ਼ਨ ਜਿਹੜਾ ਆ ਉਹ ਕੱਢਦੇ ਹਾਂ। ਪਰ ਲਗਾਤਾਰ 99 ਤੋਂ ਮਾਰਚ 2020 ਤੱਕ ਵੈਬ ਐਡੀਸ਼ਨ ਵੀ ਕੱਢਿਆ ਅਤੇ ਪ੍ਰਿੰਟ ਐਡੀਸ਼ਨ ਵੀ ਬਰਾਬਰ ਕੱਢਦੇ ਰਹੇ ਹਾਂ। ਹਾਂਜੀ, ਕਿਉਂਕਿ ਦਿਓਲ ਸਾਹਿਬ ਤੁਹਾਡੀ ਇੱਥੇ ਸਪੈਸ਼ਲੀ ਮੀਡੀਆ ਦੇ ਵਿੱਚ ਹੋਣ ਕਰਕੇ ਹੈਗੇ, ਤੁਹਾਨੂੰ ਕਾਫੀ ਜਿਹੜੇ ਇੰਸੀਡੈਂਟ ਹੋਏ ਹੈਗੇ ਨੇ 1984 ਤੋਂ ਲੈ ਕੇ 85, ਜਿਹੜਾ ਜਿਸ ਤਰ੍ਹਾਂ ਕਨਿਸ਼ਕਾ ਬੋਮਬਿੰਗ ਹੈਗੀ ਹੈ, ਉਹਦੇ ਵਾਸਤੇ ਵੀ ਮੈਂ ਕੁਛ ਚਾਹਾਂਗਾ ਵੀ ਤੁਸੀਂ ਸਾਡੇ ਨਾਲ ਜਾਣਕਾਰੀ ਸ਼ੇਅਰ ਕਰੇ ਹੈਗੇ ਹੋ। ਕਿਉਂਕਿ ਜਿਹੜੀ ਬੁੱਕ ਹੈਗੀ ਹੈ ਜਿਹਦਾ ਨਾਮ ਹੈਗਾ ਬਲੱਡ ਫਾਰ ਬਲੱਡ, ਇਹ ਟੈਰੀ ਬਲਾਸਕੀ ਦੀ ਬੁੱਕ ਹੈਗੀ ਹੈ, ਅੱਜ ਕੱਲ੍ਹ ਐਮਾਜੋਨ ਤੋਂ ਮਿਲਦੀ ਹੈਗੀ ਹੈ ਆਪਾਂ ਲੈ ਕੇ ਤੁਸੀਂ, ਐਂਡ ਮੈਂ ਹਰ ਇੱਕ ਲੋਕਾਂ ਨੂੰ ਰਿਕਮੈਂਡ ਵੀ ਕਰਾਂਗਾ ਹੈਗਾ ਵੀ ਇਹ ਇੱਕ ਬਹੁਤ ਅੱਛੀ ਬੁੱਕ ਹੈਗੀ ਹੈ, ਇਹਦੇ ਵਿੱਚ ਬਹੁਤ ਸੋਹਣੇ ਫੈਕਚੁਅਲ ਫੈਕਟ ਵੀ ਹੈਗੇ ਨੇ, ਇਹਨੂੰ ਪੜ੍ਹਨੀ ਬਹੁਤ ਜ਼ਰੂਰੀ ਹੈਗੀ ਹੈ ਤੇ ਤਾਂ ਜੋ ਸਾਨੂੰ ਪਤਾ ਚੱਲੇ ਹੈਗੇ। ਇਹਦੇ ਬਾਰੇ ਤੁਸੀਂ ਦੱਸੋਗੇ ਹੈਗੇ ਵੀ ਟੈਰੀ ਬਲਾਸਕੀ ਨੇ ਇਹ ਜਿਹੜੀ ਬੁੱਕ ਲਿਖੀ ਹੈਗੀ ਹੈ, ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈਗਾ ਵੀ ਇਹ ਕਿੱਦਾਂ ਦੀ ਬੁੱਕ ਹੈਗੀ ਹੈ, ਕਿਉਂਕਿ ਤੁਸੀਂ ਆਲਰੇਡੀ ਰਿਵਿਊ ਕਰ ਚੁੱਕੇ ਹੈਗੇ ਹੋ, ਇਹਦੇ ਵਿੱਚ ਤੁਹਾਨੂੰ ਕੀ ਚੰਗਾ ਲੱਗਿਆ ਕੀ ਮਾੜਾ ਲੱਗਿਆ? ਸਭ ਤੋਂ ਪਹਿਲਾਂ ਤਾਂ ਚਾਹਲ ਸਾਹਿਬ, ਮੈਂ ਟੈਰੀ ਮਲਸਕੀ ਬਾਰੇ ਚਾਰ ਕਲਫਸ ਕਹਿਣੇ ਚਾਹਾਂਗਾ ਸਾਡੇ ਜਿਹੜੇ ਵਿਊਅਰਸ ਆ ਉਹਨਾਂ ਦੇ ਬੈਨੀਫਿਟ ਵਾਸਤੇ। ਟੈਰੀ ਮਲਸਕੀ ਬਹੁਤ ਨਾਮਵਰ ਪੱਤਰਕਾਰ ਰਹੇ ਆ ਕੈਨੇਡਾ ਦੇ, ਹੁਣ ਉਹ ਪਿਛਲੇ 2-3 ਸਾਲ ਪਹਿਲਾਂ ਰਿਟਾਇਰ ਹੋ ਗਏ ਆ ਜੀ। ਤੇ ਕੈਨੇਡਾ ਦੀ ਜਿਹੜੀ ਸਭ ਤੋਂ ਵੱਡੀ ਟੈਲੀਵਿਜ਼ਨ ਦੀ ਕੰਪਨੀ ਆ CBC, ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ, ਉਹ ਗਵਰਨਮੈਂਟ ਸਪੋਰਟਡ ਇੱਕ ਵੱਡੀ ਏਜੰਸੀ ਆ TV ਦੀ ਜੀ। ਉਹਦੇ ਵਿੱਚ ਉਹਨਾਂ ਨੇ 3 ਦਹਾਕੇ ਤੋਂ ਵੱਧ ਟਾਈਮ CBC ਦੇ ਨਾਲ ਉਹਨਾਂ ਨੇ ਕੰਮ ਕੀਤਾ, ਤੇ ਬਹੁਤ ਹੀ ਸਾਹਸੀ ਪੱਤਰਕਾਰ ਗਿਣੇ ਜਾਂਦੇ ਆ। ਵੈਨਕੂਵਰ ਦੇ ਵਿੱਚ CBC ਦੇ ਬਿਊਰੋ ਚੀਫ ਰਹੇ ਆ, ਆਟਵਾ ਦੇ ਵਿੱਚ ਬਿਊਰੋ ਚੀਫ ਰਹੇ ਆ, ਵੱਖ ਵੱਖ ਪ੍ਰਧਾਨ ਮੰਤਰੀਆਂ ਦੇ ਨਾਲ ਉਹਨਾਂ ਨੇ ਵਿਦੇਸ਼ਾਂ ਦੇ ਦੌਰੇ ਕੀਤੇ ਆ, ਔਰ ਬਹੁਤ ਸਾਰੀਆਂ
ਜਿਹੜੀਆਂ ਅੰਤਰਰਾਸ਼ਟਰੀ ਸਮਿਟਸ ਆ ਉਹਨਾਂ ਨੂੰ ਵੀ ਕਵਰ ਕੀਤਾ। ਜੀ ਤੇ 에ਅਰ ਇੰਡੀਆ ਜਿਹੜਾ ਬੰਬ ਕਾਂਡ ਆ ਇਹਨੂੰ ਉਹਨਾਂ ਨੇ ਬਹੁਤ ਨੇੜਿਓਂ ਵੇਖਿਆ ਤੇ ਬਹੁਤ ਨੇੜਿਓਂ ਇਹਨਾਂ ਨੇ ਕਵਰ ਕੀਤਾ। ਜੀ ਸੋ ਉਹਨਾਂ ਕੋਲ ਬਹੁਤ ਮੈਮੋਰੀਜ਼ ਆਏ ਦੀਆਂ। 에ਅਰ ਇੰਡੀਆ ਦਾ ਜਿਹੜਾ ਕੇਸ ਚੱਲਿਆ ਉਹਨੂੰ ਲਗਾਤਾਰ ਅਟੈਂਡ ਕੀਤਾ। ਫਿਰ ਜਿਹੜੀ ਜਸਟਿਸ ਜੌਨ ਮੇਜਰ ਦੀ ਇਨਕੁਆਇਰੀ ਗਵਰਨਰ ਕੈਨੇਡਾ ਨੇ ਆਰਡਰ ਕੀਤੀ ਸੀ ਉਹਦੇ ਵਿੱਚ ਵੀ ਉਹਨਾਂ ਨੇ ਉਹਨੂੰ ਕਵਰ ਕੀਤਾ ਬਹੁਤ ਚੰਗੀ ਤਰ੍ਹਾਂ। ਸੋ ਉਹਨਾਂ ਨੇ ਆਪਣੀਆਂ ਜਿਹੜੀਆਂ ਉਹ ਮੈਮਰੀਜ਼ ਆ ਸਾਰੀਆਂ ਸਾਰੇ ਫੈਕਟਸ ਆ ਉਹਨਾਂ ਨੇ ਆਪਣੇ ਕਰੀਅਰ ਦੇ ਦੌਰਾਨ 에ਅਰ ਇੰਡੀਆ ਦੇ ਆਲੇ ਦੁਆਲੇ ਖਾਲਿਸਤਾਨ ਦੀ ਲਹਿਰ ਦੀਆਂ ਕੈਨੇਡਾ ਵਿੱਚ ਜਿਹੜੀਆਂ ਜੜ੍ਹਾਂ ਜਿਹੜਾ ਪਸਾਰਾ ਇਹਦਾ ਇਹਦੇ ਵੱਖ ਵੱਖ ਕਰੈਕਟਰ ਉਹਨਾਂ ਬਾਰੇ ਉਹਨਾਂ ਨੂੰ ਜਿਹੜੀ ਜਾਣਕਾਰੀ ਸੀ ਉਹ ਸਾਰੀ ਉਹਨਾਂ ਨੇ ਕਲਮਬੰਦ ਕੀਤੀ ਆ ਇਸ ਕਿਤਾਬ ਦੇ ਵਿੱਚ। ਤੇ ਇਹ ਕਿਤਾਬ ਇੱਕ ਬਹੁਤ ਵਧੀਆ ਡਾਕੂਮੈਂਟ ਆ ਰੈਫਰੈਂਸ ਵਾਸਤੇ ਫਿਊਚਰ ਜਨਰੇਸ਼ਨਸ ਲਈ, ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਤੇ ਲੋਕ ਭੁੱਲ ਜਾਂਦੇ ਆ, ਕਿਸੇ ਨੂੰ ਰੈਫਰੈਂਸ ਵਾਸਤੇ ਕੋਈ ਥਾਂ ਨਹੀਂ ਲੱਭਦੀ ਵੀ ਕਿੱਥੋਂ ਜਾ ਕੇ ਜਿਸ ਬੰਦੇ ਨੇ ਦੇਖਿਆ ਹੋਵੇ ਸੁਣਿਆ ਹੋਵੇ ਕੋਈ ਇੰਸੀਡੈਂਟ ਉਹ ਕੀ ਕਹਿੰਦਾ ਸੀ। ਸੋ ਇਸ ਕਿਸਮ ਦੀ ਇਹ ਕਿਤਾਬ ਆ ਜਿਹੜੀ ਲਾਇਬ੍ਰੇਰੀ ਵਿੱਚ ਰੱਖਣ ਯੋਗ ਆ। ਫਿਊਚਰ ਜਨਰੇਸ਼ਨਾਂ ਵਾਸਤੇ ਕੋਈ ਰਿਸਰਚ ਕੋਈ ਕਰਨੀ ਚਾਹੇਗਾ 에ਅਰ ਇੰਡੀਆ ਬੰਬ ਕਾਂਡ ਦੇ ਉੱਤੇ ਜਾਂ ਇਹਦੇ ਆਲੇ ਦੁਆਲੇ ਤੇ ਖਾਲਿਸਤਾਨ ਦੀ ਲਹਿਰ ਜਿਹੜੀ ਆ ਕੈਨੇਡਾ ਵਿੱਚ ਕਿਵੇਂ ਪਸਰੀ ਤੇ ਕੀ ਕੁਝ ਹੋਇਆ, ਤੇ ਉਹਦੇ ਵਾਸਤੇ ਇੱਕ ਵਧੀਆ ਸੋਰਸ ਸਾਬਤ ਹੋਏਗੀ। ਹਾਂਜੀ ਹਾਂਜੀ ਦਿਓਲ ਸਾਹਿਬ, ਜਿਸ ਤਰ੍ਹਾਂ ਮੈਂ ਇਹ ਪੜ੍ਹ ਰਿਹਾ ਕਿ ਸੀ ਬੁੱਕ, ਜਦੋਂ ਇਹਦੇ ਵਿੱਚ ਆਲਮੋਸਟ ਅੱਧੀ ਤੋਂ ਜ਼ਿਆਦਾ ਜਿਹੜੀ ਜਿਹੜਾ ਚੈਪਟਰ ਹੈਗੇ ਨੇ ਆਲਮੋਸਟ ਮੋਰ ਦੈਨ ਹਾਫ, ਇਹ ਇਸੇ ਕਨਿਸ਼ਕਾ ਕਾਂਡ ਦੇ ਉੱਤੇ 에ਅਰ ਇੰਡੀਆ ਬੋਮਿੰਗ ਦੇ ਉੱਤੇ ਘੁੰਮਦੀ ਹੈਗੀ ਹੈ। ਇਸ ਇੰਸੀਡੈਂਟ ਬਾਰੇ ਤੁਹਾਡੇ ਕੋਲ ਵੀ ਮੈਨੂੰ ਪਤਾ ਚੱਲੇ ਬਹੁਤ ਜ਼ਿਆਦਾ ਕਾਫੀ ਡਿਟੇਲ ਹੈਗੀ ਹੈ, ਇਨਫੋਰਮੇਸ਼ਨ ਹੈਗੀ ਹੈ, ਕਿਉਂਕਿ ਤੁਸੀਂ ਸਪੈਸ਼ਲੀ ਜਰਨਲਿਜ਼ਮ ਦੇ ਵਿੱਚ ਹੋਣ ਕਰਕੇ ਇਹਨੂੰ ਥੋੜ੍ਹਾ ਜਿਹਾ ਖੁੱਲ੍ਹ ਕੇ ਦੱਸੋਗੇ ਹੈਗੇ ਥੋੜ੍ਹਾ ਡਿਟੇਲ ਦੇ ਵਿੱਚ ਸਾਡੇ, ਤਾਂ ਜੋ ਸੁਣਨ ਵਾਲੇ ਜਿਹੜੇ ਸਾਡੇ ਸਰੋਤੇ ਹੈਗੇ ਨੇ ਉਹਨਾਂ ਦੇ ਨੌਲੇਜ ਦੇ ਵਿੱਚ ਵੀ ਵਾਧਾ ਹੋਊਗਾ ਹੈਗਾ, ਤਾਂ ਜੋ ਥੋੜ੍ਹੀ ਤੁਸੀਂ ਜਿਹੜੀ ਹੈ 85 ਤੋਂ ਲੈ ਕੇ ਇਹ ਜਿਹੜਾ ਇੰਸੀਡੈਂਟ ਸੀ ਕਦੋਂ ਹੋਇਆ, ਕਿਵੇਂ ਹੋਇਆ, ਕੌਣ ਇਹਦੇ ਵਿੱਚ ਇਨਵੋਲਵ ਹੈਗੇ ਸੀਗੇ, ਇਸ ਤੋਂ ਪਹਿਲਾਂ ਕਿ ਮੈਂ ਬਹੁਤ ਜ਼ਿਆਦਾ ਇੰਟਰਫੇਅਰ ਕਰਾਂ, ਵੀ ਤੁਸੀਂ ਇਹਨੂੰ ਆਪਣੇ ਆਪ ਹੀ ਇੱਕ ਇੱਕ ਸਿਸਟਮੈਟਿਕਲੀ ਤੁਸੀਂ ਪ੍ਰੋਪਰਲੀ ਸਮਝਾ ਸਕਦੇ ਹੈਗੇ ਸਾਨੂੰ ਵੀ, ਤਾਂ ਜੋ ਸਾਨੂੰ ਪਤਾ ਚੱਲੇ ਹੈਗੇ ਵੀ ਉਹਨਾਂ ਦਿਨਾਂ ਦੇ ਵਿੱਚ ਕੀ ਹੋਇਆ। ਜੀ ਜੀ ਚਾਲ ਸਾਹਿਬ, ਟੈਰੀ ਮਲਸਕੀ ਨੇ ਇਸ ਕਿਤਾਬ ਦਾ ਬਹੁਤ ਵੱਡਾ ਹਿੱਸਾ ਜਿਹੜਾ ਡਿਵੋਟ ਕੀਤਾ ਇਸ ਬੰਬ ਕਾਂਡ ਦੇ ਆਲੇ ਦੁਆਲੇ, ਉਹਦਾ ਇੱਕ ਬਹੁਤ ਵੱਡਾ ਕਾਰਨ ਆ। ਹਾਂਜੀ ਉਹ ਇਹ ਆ ਕਿ ਜਿਹੜਾ 에ਅਰ ਇੰਡੀਆ ਬੰਬ ਕਾਂਡ ਆ ਇਹ ਕੈਨੇਡਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਮਾਸ ਕਿਲਿੰਗ ਆ। ਅੱਛਾ ਜੀ, ਕੈਨੇਡਾ ਦੇ ਵਿੱਚ ਏਡਾ ਵੱਡਾ ਕੋਈ ਇੱਕ ਕਾਂਡ ਪਹਿਲਾਂ ਨਹੀਂ ਵਾਪਰਿਆ, ਦਹਿਸ਼ਤਗਰਦ ਕਾਂਡ ਜਿਹਦੇ ਵਿੱਚ ਇੰਨੇ ਬੰਦਿਆਂ ਦੀ ਮੌਤ ਹੋਈ ਹੋਵੇ। ਦਰਅਸਲ 9/11 ਦੀਆਂ ਜਿਹੜੀਆਂ ਘਟਨਾਵਾਂ ਆ, ਜਿਹੜੇ ਦਹਿਸ਼ਤਗਰਦਾਂ ਨੇ ਨਿਊਯਾਰਕ ਦੇ ਵਿੱਚ ਵਰਲਡ ਟ੍ਰੇਡ ਸੈਂਟਰ ਢਾਇਆ ਸੀ, ਕਈ ਜਹਾਜ਼ ਵਰਤੇ ਸੀ ਉਹਦੇ ਵਿੱਚ, ਉਸ ਘਟਨਾ ਤੋਂ ਪਹਿਲਾਂ 'ਏਅਰ ਇੰਡੀਆ ਦਾ ਜਿਹੜਾ ਬੰਬ ਕਾਂਡ ਆ ਇਹ ਦੁਨੀਆ ਦਾ ਸਭ ਤੋਂ ਵੱਡਾ ਡਿਜ਼ਾਸਟਰ 'ਏਅਰ ਡਿਜ਼ਾਸਟਰ ਸੀ ਐਵੀਏਸ਼ਨ ਇੰਡਸਟਰੀ ਦੇ ਵਿੱਚ। ਹਾਂ, ਐਵੀਏਸ਼ਨ ਇੰਡਸਟਰੀ ਦੇ ਵਿੱਚ। ਹਾਂਜੀ ਹਾਂਜੀ, ਤੇ ਸੋ ਕੈਨੇਡਾ ਲਈ ਇਹ ਬਹੁਤ ਵੱਡੀ ਵੱਡੀ ਘਟਨਾ ਸੀ ਜਿਹੜਾ 'ਏਅਰ ਇੰਡੀਆ ਦਾ ਬੰਬ ਕਾਂਡ, ਤੇ ਕਿਉਂਕਿ ਇਸ ਬੰਬ ਕਾਂਡ ਦਾ ਸਿੱਧਾ ਸੰਬੰਧ ਜਿਹੜਾ ਆ ਉਹ ਇੰਡੋ ਕੈਨੇਡੀਅਨ ਭਾਈਚਾਰੇ ਨਾਲ ਇਸ ਕਰਕੇ ਆ ਕਿਉਂਕਿ ਬਹੁਤ ਸਾਰੇ ਇੰਡੋ ਕੈਨੇਡੀਅਨ ਜਿਹੜੇ ਇਹਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ, ਤੇ ਦੂਜੇ ਪਾਸੇ ਇਹ ਇਹ ਜਿਹੜਾ ਬੰਬ ਕਾਂਡ ਆ ਇਹਨੂੰ ਇਹਨੂੰ ਘੜਨ ਵਾਲੇ, ਸਾਜਿਸ਼ ਘੜਨ ਵਾਲੇ, ਇਹਨੂੰ ਐਕਸੀਕਿਊਟ ਕਰਨ ਵਾਲੇ ਜਿਹੜੇ ਉਹ ਵੀ ਭਾਰਤੀ ਪਿਛੋਕੜ ਦੇ ਪੰਜਾਬੀ ਸਿੱਖ ਨੇ ਜਿਹਨਾਂ ਦਾ ਸੰਬੰਧ ਖਾਲਿਸਤਾਨ ਲਹਿਰ ਨਾਲ ਸੀ। ਸੋ ਇਸ ਕਰਕੇ ਇਹਦਾ ਮਹੱਤਵ ਬਹੁਤ ਜ਼ਿਆਦਾ ਸੀ। ਹੁਣ ਆਪਾਂ ਬਹੁਤ ਥੋੜੇ ਲਫ਼ਜ਼ਾਂ ਵਿੱਚ ਇਸ ਘਟਨਾ ਵੱਲ ਚੱਲਦੇ ਹਾਂ। ਇਹਦਾ ਇਹਦੀ ਬਰੀਫ ਇਹ ਹੈ ਕਿ ਓਪਰੇਸ਼ਨ ਬਲੂ ਸਟਾਰ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਜਿਹੜੀ ਖਾਲਿਸਤਾਨੀ ਲਹਿਰ ਆ ਉਹ ਫਟਾਫਟ ਉਹ ਬਹੁਤ ਜ਼ੋਰ ਫੜਨ ਲੱਗ ਪਈ ਸੀ। ਜਿਹੜੇ ਵੀ ਬੰਦੇ ਉਸ ਜ਼ਮਾਨੇ ਦੇ ਆ ਜਾਂ ਜਿਹਨਾਂ ਦੀ ਉਮਰ ਹੈਗੀ ਆ 40-50 ਸਾਲ ਤੋਂ ਉੱਤੇ, ਉਹ ਜਾਣਦੇ ਨੇ ਵੀ ਕਿਸ ਢੰਗ ਦੇ ਨਾਲ ਵਿਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਸਿੱਖ ਭਾਈਚਾਰਾ ਸੀ ਉੱਥੇ ਉੱਥੇ ਖਾਲਿਸਤਾਨ ਦੀ ਲਹਿਰ ਨੇ ਇਕਦਮ ਜ਼ੋਰ ਕਿਵੇਂ ਕਿਵੇਂ ਫੜਿਆ, ਕਿਉਂਕਿ ਲੋਕਾਂ ਦੇ ਵਿੱਚ ਕੁਝ ਭਾਵਨਾਵਾਂ ਵੀ ਭੜਕੀਆਂ ਲੋਕਾਂ ਦੀਆਂ ਉਸ ਇੰਸੀਡੈਂਟ ਦੇ ਨਾਲ। ਉਦੋਂ ਬਾਅਦ ਖਾਲਿਸਤਾਨੀ ਲਹਿਰ ਇੱਥੇ ਕਾਫੀ ਕਾਫੀ ਤਕੜੀ ਹੋ ਗਈ ਕੈਨੇਡਾ ਦੇ ਵਿੱਚ। ਅੱਛਾ, ਤੇ ਤਲਵਿੰਦਰ ਸਿੰਘ ਪਰਮਾਰ ਜਿਹੜਾ BC ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਵਸਨੀਕ ਸੀ, ਉਹਨੇ ਇੱਕ ਬਵਰ ਖਾਲਸਾ ਨਾਂ ਦੀ ਜਿਹੜੀ ਜਥੇਬੰਦੀ ਆ ਉਹ ਪਹਿਲਾਂ ਹੀ ਬਣਾ ਲਈ ਸੀ, ਤੇ ਉਹਦੀ ਇਨਵੋਲਵਮੈਂਟ ਸੀਗੀ 1981-82 ਤੋਂ। ਭਾਰਤ ਵਿੱਚ ਵੀ ਇੱਕ ਇੰਸੀਡੈਂਟ ਹੋਇਆ ਸੀ, ਉਹਦੇ ਵਿੱਚ ਸ਼ਾਇਦ ਇੱਕ ਦੋ ਪੁਲਿਸ ਵਾਲੇ ਜਿਹੜੇ ਉਹ ਮਾਰੇ ਗਏ ਸੀ, ਤੇ ਉਹਦੇ ਵਿੱਚ ਇਹ ਵਾਂਟਡ ਸੀ ਤੇ ਉੱਥੋਂ ਭੱਜ ਕੇ ਕੈਨੇਡਾ ਵਾਪਸ ਆ ਗਿਆ। ਜਦ ਨੂੰ ਬਲੂ ਸਟਾਰ ਕਾਂਡ ਵਾਪਰ ਗਿਆ ਤੇ ਉਦੋਂ ਬਾਅਦ ਇਹਨੇ ਉਸ ਕਾਂਡ ਦਾ ਇਹਨੇ ਬਹੁਤ ਫਾਇਦਾ ਉਠਾਇਆ ਤਲਵਿੰਦਰ ਸਿੰਘ ਪਰਮਾਰ ਨੇ ਤੇ ਇਹਦੀ ਜਥੇਬੰਦੀ ਨੇ। ਬਹੁਤ ਵੱਡੀ ਪੱਧਰ ਤੇ ਇਹਨਾਂ ਨੇ ਪੈਸਾ ਵੀ ਇਕੱਠਾ ਕੀਤਾ, ਲੋਕਾਂ ਨੂੰ ਭੜਕਾਇਆ ਵੀ, ਤੇ ਖਾਲਿਸਤਾਨ ਬਾਰੇ ਇਹਨਾਂ ਨੇ ਬੜੇ ਬਹੁਤ ਨਾਅਰੇਬਾਜ਼ੀ, ਕਾਨਫਰੰਸਾਂ, ਕੈਨੇਡਾ ਭਰ ਦੇ ਟੂਰ, ਵੱਖ ਵੱਖ ਪ੍ਰੋਗਰਾਮ ਇਹਨਾਂ ਨੇ ਕੀਤੇ, ਤੇ ਉਸ ਦੌਰਾਨ ਹੀ ਇਹ ਜਿਹੜੀ ਸਾਜਿਸ਼ ਆ 'ਏਅਰ ਇੰਡੀਆ ਨੂੰ ਉਡਾਉਣ ਦੀ ਰਚੀ ਗਈ।
ਅੱਛਾ ਜੀ ਜਦੋਂ ਇਹ ਸਾਜ਼ਿਸ਼ ਇਹਨਾਂ ਨੇ ਰਚਣੀ ਸ਼ੁਰੂ ਕਰ ਦਿੱਤੀ, ਉਦੋਂ ਕੁਝ ਕਲੂ ਜ਼ਰੂਰ ਕੈਨੇਡੀਅਨ ਜਿਹੜੀ ਸਿਕਿਉਰਿਟੀ ਏਜੰਸੀਜ਼ ਆ ਉਹਨਾਂ ਨੂੰ ਮਿਲ ਗਿਆ ਸੀ, ਪਰ ਉਹ ਬਹੁਤ ਬੁਰੀ ਤਰ੍ਹਾਂ ਫੇਲ ਹੋਈਆਂ ਇਹਨਾਂ ਨੂੰ ਰੋਕਣ ਦੇ ਵਿੱਚ। ਤੇ ਇਹ ਜਿਹੜਾ ਕਾਂਡ ਆ ਉਹ ਵਾਪਰਿਆ 23 ਜੂਨ 1985 ਨੂੰ। ਹਾਂਜੀ 22 ਜੂਨ ਨੂੰ 1985 ਦੇ ਦਿਨ ਸਵੇਰ ਨੂੰ ਇਹਨਾਂ ਵੱਲੋਂ ਇਸ ਗਰੁੱਪ ਦੇ ਵੱਲੋਂ ਤਲਵਿੰਦਰ ਸਿੰਘ ਪਰਮਾਰ ਦੇ ਗਰੁੱਪ ਵੱਲੋਂ ਜਿਹੜੇ ਦੋ ਸੂਟਕੇਸ ਬੰਬ ਆ ਉਹ ਸੂਟਕੇਸਾਂ ਵਿੱਚ ਬੰਦ ਕਰਕੇ, ਤੇ ਦੋ ਵੱਖ ਵੱਖ ਕੈਨੇਡੀਅਨ ਪੈਸੀਫਿਕ ਏਅਰਲਾਈਨ ਹੁੰਦੀ ਸੀ ਉਸ ਜ਼ਮਾਨੇ ਵਿੱਚ, ਜਿਹੜੀ ਬਾਅਦ ਵਿੱਚ ਏਅਰ ਕੈਨੇਡਾ ਵਿੱਚ ਰਲ ਗਈ ਸੀ, ਜੀ ਦੋ ਫਲਾਈਟਾਂ ਦੇ ਵਿੱਚ ਇਹਨਾਂ ਨੇ ਚੈੱਕ ਇਨ ਕੀਤਾ। ਇੱਕ ਫਲਾਈਟ ਟੋਕੀਓ ਨੂੰ ਜਾਣੀ ਸੀ ਸੀਪੀ ਏਅਰ ਦੀ, ਉਹਨੇ ਏਅਰ ਇੰਡੀਆ ਦੇ ਨਾਲ ਕਨੈਕਟ ਕਰਨਾ ਸੀ ਟੋਕੀਓ ਤੋਂ ਉਹਦੇ ਵਾਸਤੇ, ਤੇ ਦੂਜੀ ਜਿਹੜਾ ਚੈੱਕ ਇਨ ਕੀਤਾ ਸੀਪੀ ਏਅਰ ਕੈਨੇਡੀਅਨ ਪੈਸੀਫਿਕ ਤੇ ਉਹ ਵੈਨਕੂਵਰ ਤੋਂ ਟੋਰਾਂਟੋ, ਤੇ ਟੋਰਾਂਟੋ ਤੋਂ ਉਹ ਜਿਹੜਾ ਉਹਨੇ ਲੱਦਿਆ ਜਾਣਾ ਸੀ ਬੈਗ ਨੇ ਏਅਰ ਇੰਡੀਆ ਫਲਾਈਟ 182 ਜਿਹਨੂੰ ਏਅਰ ਇੰਡੀਆ ਦਾ ਜੰਬੋ ਜੈਟ ਕਨਿਸ਼ਕਾ ਆਈ ਥਿੰਕ ਵੀ ਆਪਾਂ ਮੌਂਟਰੀਅਲ ਤੇ ਕਹਿੰਦੇ ਹਾਂ। ਜਾਣਾ ਹੈਗਾ ਸੀਗਾ ਮੌਂਟਰੀਅਲ ਤੇ। ਉਹ ਇਸ ਤਰ੍ਹਾਂ ਹੈ ਜੀ, ਉਹ ਫਲਾਈਟ ਜਦੋਂ ਇੰਡੀਆ ਤੋਂ ਆਉਂਦੀ ਸੀ ਤੇ ਟੋਰਾਂਟੋ ਉਤਰਦੀ ਸੀ, ਤੇ ਉਹਦੀ ਜਿਹੜੀ ਫਾਈਨਲ ਲੈਗ ਆ ਉਹ ਮੌਂਟਰੀਅਲ ਸੀ। ਮੌਂਟਰੀਅਲ ਸੀ, ਠੀਕ ਹੈ ਸੋ ਜੀ, ਠੀਕ ਸੋ ਮੌਂਟਰੀਅਲ ਉਹ ਟੋਰਾਂਟੋ ਤੋਂ ਫਿਰ ਉੱਡਦੀ ਸੀ ਇੱਥੇ ਦੀਆਂ ਸਵਾਰੀਆਂ ਲਾ ਕੇ, ਤੇ ਇੱਥੋਂ ਨਵੀਆਂ ਸਵਾਰੀਆਂ ਚੱਕ ਕੇ, ਤੇ ਮੌਂਟਰੀਅਲ ਵਿੱਚ ਉਹਦੀ ਇਨਬਾਉਂਡ ਲੈਗ ਖਤਮ ਹੋ ਜਾਂਦੀ ਸੀ ਤੇ ਆਊਟਬਾਉਂਡ ਲੈਗ ਜਿਹੜੀ ਆ ਮੌਂਟਰੀਅਲ ਤੋਂ 182 ਠੀਕ ਏਅਰ ਹੈ ਜੀ, ਇੰਡੀਆ 182 ਸ਼ੁਰੂ ਹੁੰਦੀ ਸੀ। ਠੀਕ ਹੈ ਜੀ। ਸੋ ਤੁਸੀਂ ਜਿਹੜਾ ਤੇਈ ਬੈਗੇਜ ਆ ਉਹ ਜੂਨ ਟੋਰਾਂਟੋ ਰਾਹੀਂ। ਤੁਸੀਂ 23 ਜੂਨ 1985 ਦੀ ਗੱਲ ਕਰ ਰਹੇ ਹੈਗੇ ਮੈਂ। ਹਾਂਜੀ, ਪਰ ਜਿਹੜਾ ਬੈਗੇਜ ਤੁਰਿਆ ਵੈਨਕੂਵਰ ਤੋਂ ਉਹ 22 ਜੂਨ ਨੂੰ ਤੁਰਿਆ। ਅੱਛਾ ਜੀ, 22 ਜੂਨ ਨੂੰ ਚੈੱਕ ਇਨ ਕੀਤੇ ਗਏ ਦੋ ਬੈਗੇਜ, ਇੱਕ ਈਸਟ ਵਾਲੇ ਪਾਸੇ ਨੂੰ ਟੋਕੀਓ ਨੂੰ ਏਅਰ ਇੰਡੀਆ ਨਾਲ ਕਨੈਕਟ ਕਰਨ ਵਾਸਤੇ, ਜਿਹੜੀ ਕਿ ਬੈਂਕਾਕ ਰਾਹੀਂ ਦਿੱਲੀ ਫਲਾਈਟ ਜਾਣੀ ਸੀ, ਤੇ ਦੂਜਾ ਟੋਰਾਂਟੋ ਰਾਹੀਂ ਜਿਹੜੀ ਇਹ ਫਲਾਈਟ ਏਅਰ ਇੰਡੀਆ ਦੀ ਸੀ ਇਹਦੇ ਰਾਹੀਂ। ਤੇ ਨਾਂ ਵਰਤੇ ਗਏ ਐਮ ਸਿੰਘ ਤੇ ਐਲ ਸਿੰਘ। ਐਲ ਸਿੰਘ ਨਾਂ ਵਰਤਿਆ ਗਿਆ ਟੋਕੀਓ ਲਈ, ਜਿਹੜਾ ਜਿਸ ਬੰਦੇ ਨੇ ਚੈੱਕ ਇਨ ਕੀਤਾ ਟਿਕਟ ਵਗੈਰਾ ਲਈ, ਤੇ ਟੋਰਾਂਟੋ ਵਾਸਤੇ ਜਿਹੜਾ ਚੈੱਕ ਇਨ ਕੀਤਾ ਉਹ ਐਮ ਸਿੰਘ ਦੇ ਨਾਂ ਤੇ ਕੀਤਾ ਗਿਆ। ਤੇ ਦੋਵੇਂ ਜਿਹੜੇ ਯਾਤਰੀ ਸੀ ਇਹ ਜਹਾਜ਼ ਵਿੱਚ ਸਵਾਰ ਨਹੀਂ ਹੋਏ ਆਪ, ਤੇ ਬੈਗੇਜ ਜਿਹੜਾ ਆਟੋਮੈਟਿਕਲੀ ਉਹ ਟ੍ਰਾਂਸਫਰ ਕਰ ਦਿੱਤਾ ਗਿਆ, ਤੇ ਇਹ ਬੈਗੇਜ ਜਿਹੜਾ ਟੋਰਾਂਟੋ ਤੋਂ ਟ੍ਰਾਂਸਫਰ ਹੋ ਗਿਆ ਏਅਰ ਇੰਡੀਆ ਦੀ ਫਲਾਈਟ ਨੂੰ, ਇਹ ਇੱਥੋਂ ਜਾ ਕੇ ਮੌਂਟਰੀਅਲ ਰੁਕੀ। ਮੌਂਟਰੀਅਲ ਤੋਂ ਫਿਰ ਇਹਨੇ ਲੰਡਨ ਜਾ ਕੇ ਰੁਕਣਾ ਸੀ, ਤੇ ਲੰਡਨ ਦੇ ਪੜਾਅ ਤੋਂ ਬਾਅਦ ਦਿੱਲੀ ਫਲਾਈਟ ਉਤਰਨੀ ਸੀ। ਜੀ ਸੋ ਜੀ, ਇਹ ਜਹਾਜ਼ ਜਦੋਂ ਮੌਂਟਰੀਅਲ ਤੋਂ ਉੱਡ ਗਿਆ ਤੇ ਲੰਡਨ ਤੋਂ ਕੋਈ 40-45 ਮਿੰਟ ਜਾਂ ਘੰਟੇ ਤੋਂ ਘੱਟ ਦੀ ਵਿਥ ਤੇ ਸੀ, ਆਇਰਲੈਂਡ ਦੇ ਤੱਟ ਦੇ ਨੇੜੇ ਪਹੁੰਚਣ ਵਾਲਾ ਸੀ, ਤੇ ਉਸ ਵਕਤ ਇਹ ਰਡਾਰ ਤੋਂ ਗਾਇਬ ਹੋ ਗਿਆ। ਤੇ ਆਇਰਲੈਂਡ ਦੇ ਵਿੱਚ ਜਿਹੜਾ ਟ੍ਰੈਫਿਕ ਕੰਟਰੋਲ ਸੀ ਉਹ ਇਹਨਾਂ ਨੂੰ ਆਵਾਜ਼ਾਂ ਮਾਰਦਾ ਰਿਹਾ। ਪਹਿਲਾਂ ਜਿਹੜਾ ਪਾਇਲਟ ਆ ਉਹਨੇ ਇਹਨਾਂ ਆਇਰਲੈਂਡ ਦੇ ਜਿਹੜਾ ਏਅਰ ਟ੍ਰੈਫਿਕ ਕੰਟਰੋਲ ਆ ਉਹਨੂੰ ਆਪਣੀ ਹੈਲੋ ਦੁਆ ਸਲਾਮ ਕਹੀ, ਉਦੋਂ ਬਾਅਦ ਇਹ ਡਿਸਅਪੀਅਰ ਹੋ ਗਿਆ। ਤੇ ਸਰਚ ਤੋਂ ਬਾਅਦ ਪਤਾ ਲੱਗਿਆ ਵੀ ਜਹਾਜ਼ ਜਿਹੜਾ ਆ ਉਹ ਤਬਾਹ ਹੋ ਕੇ ਸਮੁੰਦਰ ਵਿੱਚ ਡਿੱਗ ਪਿਆ। ਇਹਦੇ ਵਿੱਚ 329 ਮੁਸਾਫਰ ਸਵਾਰ ਸੀ, ਜਿਹਦੇ ਵਿੱਚ 22 ਮੈਂਬਰੀ ਕਰੂ ਸੀ, ਤੇ ਤਕਰੀਬਨ ਜਿਹੜੇ 260 ਤੋਂ ਵੱਧ ਯਾਤਰੀ ਆ ਉਹ ਕੈਨੇਡੀਅਨ ਸਿਟੀਜ਼ਨ ਜਾਂ ਕੈਨੇਡੀਅਨ PR ਸੀਗੇ, ਇੰਡੀਅਨ ਓਰਿਜਨ ਦੇ, ਹਾਂਜੀ। ਮੇਰੇ ਕੋਲ ਕੁਝ ਵਿਦੇਸ਼ੀ ਸ਼ਹਿਰੀ ਵੀ ਸੀ। ਮੇਰੇ ਕੋਲ ਦਿਓਲ ਸਾਹਿਬ ਉਹਦੇ ਐਕਚੁਅਲ ਫੈਕਟ ਹੈਗੇ ਨੇ, 268 ਜਿਹੜੇ ਹੈਗੇ ਸੀ ਕੈਨੇਡੀਅਨ ਸਿਟੀਜ਼ਨ ਹੈਗੇ ਸੀਗੇ, ਉਹਦੇ ਵਿੱਚੋਂ 27 ਜਿਹੜੇ ਹੈਗੇ ਹਾਂਜੀ ਸੀ ਬ੍ਰਿਟਿਸ਼ ਸਿਟੀਜ਼ਨ ਹੈਗੇ ਸੀਗੇ, ਔਰ 24 ਜਿਹੜੇ ਹੈਗੇ ਹਾਂਜੀ ਸੀਗੇ ਉਹ ਇੰਡੀਅਨ ਸਿਟੀਜ਼ਨ ਹੈਗੇ ਸੀਗੇ। ਟੋਟਲ ਬੰਦੇ ਜਿਹੜੇ ਉਦੋਂ ਉਹ ਜਿਨ੍ਹਾਂ ਦੀ ਡੈਥ ਹੋਈ ਹੈ ਉਹਦੇ ਵਿੱਚ 329 329 ਲੋਕਾਂ ਦੀ ਉਸ ਸਮੇਂ ਉਹ ਉਸ ਫਲਾਈਟ ਦੇ ਵਿੱਚ ਮੌਤ ਹੋ ਗਈ ਹੈਗੀ। ਹਾਂ ਬਿਲਕੁਲ, ਤੁਸੀਂ ਠੀਕ ਕਿਹਾ। ਪਰ ਇਹ ਇਸ ਜਹਾਜ਼ ਦੇ ਤਬਾਹ ਹੋਣ ਤੋਂ 55 ਮਿੰਟ ਪਹਿਲਾਂ ਟੋਕੀਓ ਦੇ ਵਿੱਚ ਨਰੀਤਾ ਜਿਹੜਾ ਏਅਰਪੋਰਟ ਆ ਉੱਥੇ ਜਿਹੜਾ ਬੈਗੇਜ ਹੈਂਡਲਰ ਸਮਾਨ ਜਦੋਂ ਟ੍ਰਾਂਸਫਰ ਕਰ ਰਹੇ ਸੀਗੇ ਕੈਨੇਡਾ ਤੋਂ ਸੀਪੀ ਏਅਰ ਵਿੱਚ ਗਿਆ, ਤੇ ਉੱਥੇ ਉਹ ਗਰਾਊਂਡ ਦੇ ਉੱਤੇ ਇੱਕ ਬੰਬ ਹੋਰ ਫਟਿਆ ਜਿਹੜਾ ਕਿ 55 ਮਿੰਟ ਏਅਰ ਇੰਡੀਆ ਦਾ ਜਹਾਜ਼ ਤਬਾਹ ਹੋਣ ਤੋਂ ਪਹਿਲਾਂ ਫਟਿਆ। ਉਹਦੇ ਵਿੱਚ ਦੋ ਬੈਗੇਜ ਹੈਂਡਲਰ ਮਾਰੇ ਗਏ ਸੀ ਜਪਾਨੀ, ਤੇ 4 ਜ਼ਖਮੀ ਹੋ ਗਏ ਸੀ। ਜੀ ਸੋ ਇਸ ਤਰ੍ਹਾਂ ਦੁਨੀਆ ਦੇ ਦੋ ਵੱਖ ਵੱਖ ਹਿੱਸਿਆਂ ਦੇ ਵਿੱਚ ਦੋ ਬੰਬ ਫਟੇ ਜਿਹੜੇ ਕਿ ਦੋਵੇਂ ਵੈਨਕੂਵਰ ਤੋਂ ਲੱਦੇ ਗਏ ਸੀ, ਤੇ ਦਿਓਲ ਦੋਵੇਂ ਸਾਹਿਬ ਜਿਹੜੇ ਆ ਇਹਦੇ ਪਿੱਛੇ ਇਹ ਨਹੀਂ ਹੈਗਾ ਸੀ ਵੀ ਸ਼ਾਇਦ ਇਹਨਾਂ ਦੀ ਪਲਾਨ ਹੈਗੀ ਸੀ ਵੀ ਦੋਨੋਂ ਫਲਾਈਟਾਂ ਕਿਤੇ ਇੱਕੋ ਟਾਈਮ ਦੇ ਉੱਤੇ ਹਵਾ ਦੇ ਵਿੱਚ ਜਦੋਂ ਹੋਣਗੀਆਂ ਉਸ ਸਮੇਂ ਇਹ ਬੰਬ ਫਟਣੇ ਹੈਗੇ ਸੀ, ਇਹਦੇ ਪਿੱਛੇ ਇਹ ਵੀ ਥਿਉਰੀ ਦੱਸੀ ਜਾ ਰਹੀ ਹੈਗੀ ਸੀ ਇਹਦੇ ਪਿੱਛੋਂ। ਬਿਲਕੁਲ ਜੀ, ਤਕਰੀਬਨ ਬਹੁਤੇ ਜਿਹੜੇ ਐਨਾਲਿਸਟ ਆ ਉਹ ਇਹੋ ਮਹਿਸੂਸ ਕਰਦੇ ਆ ਕਿ ਉਹਨਾਂ ਦੀ ਟਾਈਮਿੰਗ ਜਿਹੜੀ ਆ ਉਹ ਕੁਝ ਆਫ ਹੋ ਗਈ, ਇਸ ਕਾਰਨ ਕਿਉਂਕਿ ਕੈਨੇਡਾ ਦੇ ਵਿੱਚ ਡੇ ਲਾਈਟ ਸੇਵਿੰਗ ਆਵਰ ਜਿਹੜਾ ਉਹ ਅੱਗੇ ਪਿੱਛੇ ਟਾਈਮ ਕੀਤਾ ਜਾਂਦਾ, ਗਰਮੀਆਂ ਸਰਦੀਆਂ ਦੇ ਵਿੱਚ ਗਰਮੀਆਂ ਦੀ ਰੁੱਤ ਸੀ ਤੇ ਘੰਟਾ ਪਿੱਛੇ ਕੀਤਾ ਕੀਤਾ ਹੋਇਆ ਸੀ ਇੱਥੇ, ਤੇ ਜਪਾਨ ਦੇ ਵਿੱਚ ਉਹ ਜਿਹੜਾ ਟਾਈਮ ਆ ਉਹ ਚੇਂਜ ਨਹੀਂ ਹੁੰਦਾ। ਇਸ ਕਰਕੇ ਉਦੋਂ ਕਿਹੜਾ ਇੰਟਰਨੈਟ ਹੁੰਦਾ ਸੀ ਕਿ ਗੂਗਲ ਵਿੱਚ ਪਾਓ ਤੇ ਫਟਾਫਟ ਲੋਕਲ ਟਾਈਮ ਚੈੱਕ ਕਰ ਲਓ, ਤੇ ਸ਼ਾਇਦ ਉਹ ਇਸ ਕਿਸਮ ਦੀ ਕੈਲਕੂਲੇਸ਼ਨ ਇਹਨਾਂ ਦੀ ਗਲਤ ਹੋ ਗਈ, ਤੇ ਜੇ ਉਹ ਕੈਲਕੂਲੇਸ਼ਨ ਗਲਤ ਨਾ ਹੁੰਦੀ ਤੇ ਉਹ ਸ਼ਾਇਦ ਜਹਾਜ਼ ਜਿਹੜਾ ਏਅਰ ਇੰਡੀਆ
ਜਿਹੜੀ ਫਲਾਈਟ ਸ਼ਾਇਦ 137 ਸੀ ਉਹਦੇ ਜੀ ਵਿੱਚ ਉਹ 137 ਜਾਂ 171 ਮੈਨੂੰ ਯਾਦ ਨਹੀਂ ਤੇ ਉਹਦੇ ਵਿੱਚ ਟ੍ਰਾਂਸਫਰ ਹੋ ਜਾਣਾ ਸੀ ਤੇ ਫਿਰ ਉਹਦੇ ਵਿੱਚ ਵੀ ਉਹਦੇ ਵਿੱਚ 171 ਸੌਰੀ ਪੈਸੰਜਰ ਸੀ ਉਹਦੇ ਵਿੱਚ ਵੀ ਜਿਹੜੇ ਪੈਸੰਜਰ ਸੀ ਤਕਰੀਬਨ 171 ਤੇ ਅਮਲਾ ਸੀ ਤੇ ਉਹਨਾਂ ਦੀ ਜਾਨ ਵੀ ਖਤਰੇ ਵਿੱਚ ਸੀ ਜੀ ਸੋ ਜੀ ਇਸ ਤਰ੍ਹਾਂ ਇਹ ਦੋ ਬੰਬ ਧਮਾਕੇ ਹੋਏ ਤੇ ਉਹਦੇ ਵਿੱਚ ਸ਼ੱਕ ਤੇ ਪਹਿਲਾਂ ਹੀ ਸੀ ਕੈਨੇਡੀਅਨ ਏਜੰਸੀਜ਼ ਨੂੰ ਤਲਵਿੰਦਰ ਸਿੰਘ ਪਰਮਾਰ ਤੇ ਇਹਦੇ ਗਰੁੱਪ ਤੇ ਪਰ ਜਿਹੜਾ ਨਰੀਤਾ ਤੇ ਬੰਬ ਚਾਹਲ ਸਾਹਿਬ ਫਟਿਆ ਉਹ ਜਪਾਨੀ ਜਿਹੜੇ ਫੋਰੈਂਸਿਕ ਮਾਹਰ ਆ ਉਹਨਾਂ ਨੇ ਬਹੁਤ ਬਰੀਕੀ ਨਾਲ ਉਹਦੀ ਤਫਤੀਸ਼ ਕੀਤੀ ਤੇ ਉਹਨਾਂ ਨੇ ਇਕੱਲਾ ਇਕੱਲਾ ਜਿਹੜਾ ਪੀਸ ਆ ਉਹ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਔਰ ਟੈਰੀ ਮਲਸਕੀ ਨੇ ਇਸ ਕਿਤਾਬ ਦੇ ਵਿੱਚ ਬਹੁਤ ਡਿਟੇਲ ਦੱਸੀ ਆ ਇਹਦੀ ਕਿ ਕਿਸ ਢੰਗ ਦੇ ਨਾਲ ਉਹਨਾਂ ਕਿਸ ਢੰਗ ਦੇ ਨਾਲ ਜਪਾਨੀ ਜਿਹੜੇ ਐਕਸਪਰਟ ਸੀ ਫੋਰੈਂਸਿਕ ਮਾਹਰ ਸੀ ਉਹਨਾਂ ਨੂੰ ਇੱਕ ਸੈਨੀਓ ਟਿਊਨਰ ਦਾ ਸੀਰੀਅਲ ਨੰਬਰ ਲੱਭ ਗਿਆ ਹਾਂਜੀ ਕੁਛ ਬੰਬ ਜਿਹਦੇ ਨਾਲ ਲਪੇਟਿਆ ਗਿਆ ਸੀ ਉਹਦੀ ਟੇਪ ਲੱਭ ਗਈ ਤੇ ਕੁਝ ਹੋਰ ਕਲੂ ਲੱਭ ਗਿਆ ਤੇ ਉਹ ਸੈਨੀਓ ਜਦੋਂ ਕੰਪਨੀ ਨਾਲ ਇਨ ਟੱਚ ਹੋ ਕੇ ਉਹਨਾਂ ਨੂੰ ਪਤਾ ਕੀਤਾ ਗਿਆ ਤੇ ਉਹ ਲੋਟ ਜਿਹੜਾ ਆ ਸਾਰੇ ਦਾ ਸਾਰਾ ਕੈਨੇਡਾ ਵਿੱਚ BC ਵਿੱਚ ਵਿਕਿਆ ਸੀ ਤੇ ਜਿਹੜਾ ਉਹ ਇੰਦਰਜੀਤ ਸਿੰਘ ਰਿਆਤ ਆ ਜਿਹੜਾ ਸਹਿਯੋਗੀ ਸੀ ਜਿਹਨੂੰ ਬੰਬ ਮੇਕਰ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਉਹਨੇ ਇਹ ਸੈਨੀਓ ਸਟੇਰੀਓ ਜਿਹੜਾ ਆਪਣੇ ਕ੍ਰੈਡਿਟ ਕਾਰਡ ਤੇ ਖਰੀਦਿਆ ਸੀ ਤੇ ਫਿਰ ਜਿਹੜੇ ਜਿਹੜੇ ਸੋ ਇਸ ਤੋਂ ਜਿਹੜੀ ਕੜੀ ਆਪਾਂ ਜਪਾਨ ਵਾਲੀ ਦੀ ਪਹਿਲਾਂ ਗੱਲ ਕਰਦੇ ਹਾਂ ਕਿ ਵੀ ਕੀ ਜਿਹੜਾ ਜਿਹੜਾ ਉੱਥੇ ਇਨਸੀਡੈਂਟ ਹੋਇਆ ਸੀ ਉੱਥੇ ਦੋ ਬੈਗੇਜ ਜਿਹੜੇ ਹੈਂਡਲਰ ਹੈਗੇ ਸੀ ਜਪਾਨ ਦੇ ਵਿੱਚ ਮਰੇ ਹੈਗੇ ਸੀਗੇ ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਹੋਈ ਸੀ ਉਹਦੇ ਵਿੱਚ ਕਨਵਿਕਸ਼ਨ ਕਿਹਦੀ ਹੋਈ ਹੈਗੀ ਸੀ ਆਪਣੇ ਇੰਦਰਜੀਤ ਸਿੰਘ ਰਿਆਤ ਹੋਰਾਂ ਦੀ ਇਹਨਾਂ ਦੀ ਕਨਵਿਕਸ਼ਨ ਹੋਈ ਹੈਗੀ ਸੀ ਅੱਜ ਕੱਲ੍ਹ ਵੀ ਉਹ ਜਿਉਂਦੇ ਹੈਗੇ ਨੇ ਨਾ ਬਿਲਕੁਲ ਉਹ ਜਿਉਂਦੇ ਆ ਮੈਂ ਚਾਹਲ ਸਾਹਿਬ ਮਾੜਾ ਜਿਹਾ ਐਡ ਕਰ ਦੇਵਾਂ ਕਿ ਥੋੜੀ ਡਿਟੇਲ ਵਿੱਚ ਆਪਾਂ ਨੂੰ ਜਾਣਾ ਪਏਗਾ ਸਭ ਤੋਂ ਪਹਿਲਾਂ ਤੇ ਇੰਦਰਜੀਤ ਸਿੰਘ ਰਿਆਤ ਤਲਵਿੰਦਰ ਸਿੰਘ ਪਰਮਾਰ ਤੇ ਇੱਕ ਹੋਰ ਬੰਦਾ ਇਹਨਾਂ ਦੇ ਨਾਲ ਸੀ ਜਿਹੜਾ ਆਇਡੈਂਟੀਫਾਈ ਨਹੀਂ ਅੱਜ ਤੱਕ ਹੋਇਆ 4 ਜੂਨ ਨੂੰ 1985 ਨੂੰ ਡੰਕਨ ਦੇ ਵਿੱਚ ਰਹਿੰਦਾ ਹੈ ਉਹ ਇੰਦਰਜੀਤ ਸਿੰਘ ਰਿਆਤ ਤੇ ਇਹ ਇੱਕ ਕਾਰ ਦੇ ਵਿੱਚ ਉੱਥੋਂ ਆਬਾਦੀ ਤੋਂ ਬਾਹਰਲਾ ਇਲਾਕਾ ਦਰਖਤਾਂ ਜਿਹਾ ਵਿੱਚ ਜੰਗਲ ਜਿਹਾ ਟਾਈਪ ਇਲਾਕਾ ਉਹਦੇ ਵਿੱਚ ਵੜ ਗਿਆ ਅੱਛਾ ਜੀ ਤੇ ਉੱਥੇ ਜਾ ਕੇ ਇਹਨਾਂ ਦਾ ਪਿੱਛਾ ਕਰ ਰਿਹਾ ਸੀ ਸੀਸਸ ਕੈਨੇਡਾ ਦੀ ਇੰਟਰਨਲ ਸਿਕਿਉਰਿਟੀ ਏਜੰਸੀ ਆ ਉਹਦੇ ਦੋ ਏਜੰਟ ਇਹਨਾਂ ਦਾ ਪਿੱਛਾ ਕਰ ਰਹੇ ਸੀ ਉਹਨਾਂ ਨੇ ਦੂਰ ਤੋਂ ਵੇਖਿਆ ਵੀ ਇਹ ਦਰਖਤਾਂ ਦਿਆਂ ਦੇ ਵਿੱਚ ਜਾ ਵੜੇ ਤੇ ਉਦੋਂ ਬਾਅਦ ਉਹਨਾਂ ਨੂੰ ਇੱਕ ਧਮਾਕੇ ਦੀ ਆਵਾਜ਼ ਆਈ ਜੀ ਤੇ ਬਾਅਦ ਵਿੱਚ ਇਹ ਪਤਾ ਲੱਗਿਆ ਕਿ ਇਹਨਾਂ ਨੇ ਇੱਕ ਬੰਬ ਉੱਥੇ ਟੈਸਟ ਕੀਤਾ ਜਿਹੜਾ ਇਹਨਾਂ ਨੇ ਪਹਿਲਾਂ ਬਣਾਇਆ ਸੀ ਅੱਛਾ ਜੀ ਪਰ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਇਹਦਾ ਮਤਲਬ ਜੇ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਇਹ ਬੁੱਕ ਦੇ ਵਿੱਚ ਹੈਗੇ ਔਨ ਰਿਕਾਰਡ ਇਵਨ ਕਿ ਕੇਸ ਦੇ ਵਿੱਚ ਵੀ ਆਈਆਂ ਹੋਣਗੀਆਂ ਇਹ ਕਿ ਇਹ ਕੇਸ ਵਿੱਚ ਵੀ ਆਈਆਂ ਇਨਵੈਸਟੀਗੇਸ਼ਨ ਵਿੱਚ ਵੀ ਆਈਆਂ ਕੈਨੇਡੀਅਨ ਪ੍ਰੈਸ ਵਿੱਚ ਵੀ ਛਪੀਆਂ ਔਰ ਟੈਰੀ ਮਲਸਕੀ ਨੇ ਇਸ ਕਿਤਾਬ ਦੇ ਵਿੱਚ ਜਿਹੜੀ ਤੁਸੀਂ ਦੋ ਤਿੰਨ ਵਾਰ ਦਿਖਾਇਆ ਇਹਦਾ ਟਾਈਟਲ ਇਹਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਉਹਦਾ ਜ਼ਿਕਰ ਕੀਤਾ 4 ਜੂਨ ਦੀ ਇਸ ਘਟਨਾ ਨੂੰ ਤੇ ਇਸ ਘਟਨਾ ਨੂੰ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਜਿਹੜੀ ਆ ਸੀਸਸ ਜਿਹਨੂੰ ਅਸੀਂ ਕਹਿੰਦੇ ਸ਼ਾਰਟ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਸੀਰੀਅਸਲੀ ਨਹੀਂ ਲਿਆ ਤੇ ਜਿਹੜੀ ਕ੍ਰਿਮੀਨਲ ਇਨਵੈਸਟੀਗੇਟਿਵ ਏਜੰਸੀ ਆ RCMP ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਉਹਨੂੰ ਇਹਦੇ ਬਾਰੇ ਸਮੇਂ ਸਿਰ ਪੂਰੀ ਜਾਣਕਾਰੀ ਨਹੀਂ ਦਿੱਤੀ ਔਰ ਜਿਹੜਾ ਇੰਦਰਜੀਤ ਸਿੰਘ ਰਿਆਤ ਆ ਉਹ ਇਹ ਮੰਨ ਵੀ ਗਿਆ ਸੀ ਕਿ ਜਿਹੜਾ ਉਹ ਬੰਬ ਧਮਾਕਾ ਡੰਕਨ ਦੇ ਵਿੱਚ 4 ਜੂਨ ਨੂੰ ਉਹਨਾਂ ਨੇ ਕੀਤਾ ਉਹ ਬੰਬ ਜਿਹੜਾ ਉਹ ਕੁਲਵਿੰਦਰ ਸਿੰਘ ਪਰਮਾਰ ਦੀ ਸੈਟਿਸਫੈਕਸ਼ਨ ਦਾ ਨਹੀਂ ਸੀ ਤੇ ਉਸ ਤੋਂ ਬਾਅਦ ਜਿਹੜੇ ਬੰਬ ਦੋ ਬਣਾਏ ਜਿਹੜੇ ਚੱਲੇ ਜਿਹੜੇ ਬਕਾਇਦਾ ਟੈਰੋਰਿਸਟ ਬੰਬਿੰਗ ਲਈ ਵਰਤੇ ਗਏ ਉਹ ਇੱਕ ਹੋਰ ਬੰਦੇ ਨੇ ਇੰਦਰਜੀਤ ਸਿੰਘ ਰਿਆਤ ਦੇ ਘਰ ਬੈਠ ਕੇ ਬਣਾਏ ਇੰਦਰਜੀਤ ਸਿੰਘ ਰਿਆਤ ਨੇ ਉਹਦੇ ਵਿੱਚ ਮਦਦ ਕੀਤੀ ਮਟੀਰੀਅਲ ਇਕੱਠਾ ਕੀਤਾ ਡਾਇਨਾਮਾਈਟ ਵਗੈਰਾ ਤੇ ਹੋਰ ਜਿਹੜੇ ਟ੍ਰਿਗਰ ਵਗੈਰਾ ਹੁੰਦੇ ਆ ਜਾਂ ਟਾਈਮਰ ਵਗੈਰਾ ਹੁੰਦੇ ਆ ਉਹਨਾਂ ਦਾ ਪ੍ਰਬੰਧ ਜਿਹੜਾ ਇੰਦਰਜੀਤ ਸਿੰਘ ਰਿਆਤ ਨੇ ਕੀਤਾ ਤੇ ਜਦੋਂ ਉਹਨੂੰ ਇਹ ਪੁੱਛਿਆ ਗਿਆ ਵੀ ਉਹ ਜਿਹੜਾ ਬੰਦਾ ਸੀ ਉਹ ਕੌਣ ਸੀ ਉਹ ਕਹਿੰਦਾ ਜੀ ਮੈਂ ਨੀ ਬੰਦੇ ਨੂੰ ਜਾਣਦਾ ਨੌਜਵਾਨ ਸੀ ਕੋਈ ਜਿਹਨੂੰ ਤਲਵਿੰਦਰ ਸਿੰਘ ਪਰਮਾਰ ਓਨਟੇਰੀਓ ਤੋਂ ਲੈ ਕੇ ਗਿਆ ਇੱਥੋਂ ਤੇ ਉਹਨੂੰ ਉਸ ਕੇਸ ਦੇ ਵਿੱਚ ਏਅਰ ਇੰਡੀਆ ਬੰਬ ਕਾਂਡ ਦੇ ਵਿੱਚ ਮਿਸਟਰ ਐਕਸ ਦੇ ਨਾਂ ਨਾਲ ਜਾਣਦੇ ਉਹ ਅੱਜ ਤੱਕ ਆਇਡੈਂਟੀਫਾਈ ਨਹੀਂ ਹੋ ਸਕਿਆ ਕੌਣ ਸੀ ਪਰ ਇੰਦਰਜੀਤ ਸਿੰਘ ਰਿਆਤ ਨੇ ਇੰਨਾ ਮੰਨ ਲਿਆ ਕਿ ਯੈਸ ਉਹ ਬੰਦਾ ਆਇਆ ਸੀ ਉਹ ਬੰਦਾ ਮੇਰੇ ਘਰ ਵੀ ਰਿਹਾ ਉਹਨੇ ਉਹ ਜਿਹੜੇ ਫਾਈਨਲ ਬੰਬ ਆ ਉਹਨੇ ਬਣਾਏ ਤੇ ਮੈਂ ਉਹਦੀ ਬੰਬ ਬਣਾਉਣ ਵਿੱਚ ਮਦਦ ਕੀਤੀ ਸੋ ਇਸ ਤਰ੍ਹਾਂ ਇੰਦਰਜੀਤ ਸਿੰਘ ਰਿਆਤ ਨੂੰ ਕਿੰਨੀ ਆਲਰੇਡੀ ਇਹ ਇਹਨਾਂ ਨੂੰ ਕਨਵਿਕਸ਼ਨ ਹੋਈ ਹੈਗੀ ਸੀ ਇਸ ਚੀਜ਼ ਦੇ ਵਿੱਚ ਔਰ ਕਿੰਨੇ ਕੁ ਸਾਲ ਦੀ ਹੋਈ ਹੈਗੀ ਸੀ ਦੇਖੋ ਪਹਿਲਾਂ ਤਾਂ ਚਾਹਲ ਸਾਹਿਬ ਨਵੰਬਰ 1985 ਦੇ ਵਿੱਚ ਪੁਲਿਸ ਨੇ ਇੰਦਰਜੀਤ ਸਿੰਘ ਰਿਆਤ ਤੇ ਇਹ ਜਿਹੜਾ ਆਪਣਾ ਤਲਵਿੰਦਰ ਸਿੰਘ ਪਰਮਾਰ ਇਹਨਾਂ ਦੋਵਾਂ ਨੂੰ ਕਸਟਡੀ ਵਿੱਚ ਲੈ ਲਿਆ ਸੀ ਹਾਂਜੀ ਇਸ ਤਰ੍ਹਾਂ ਲੱਗਦਾ ਸੀ ਵੀ ਉਹਨਾਂ ਨੇ ਇਹਨਾਂ ਨੂੰ ਏਅਰ ਇੰਡੀਆ ਬੰਬ ਕਾਂਡ ਦੇ ਵਿੱਚ ਤੇ ਨਰੀਤਾ ਵਾਲੇ ਬੰਬ ਕਾਂਡ ਵਿੱਚ ਚਾਰਜ ਕਰ ਲੈਣਾ ਪਰ ਅਖੀਰ ਦੇ ਉੱਤੇ ਥੋੜ੍ਹੀ ਬਹੁਤੀ ਇਨਵੈਸਟੀਗੇਸ਼ਨ ਤੋਂ ਬਾਅਦ ਪੁਲਿਸ ਨੇ
ਇਹਨੂੰ ਪਰਮਾਰ ਨੂੰ ਛੱਡ ਦਿੱਤਾ ਤੇ ਰਿਆਤ ਨੂੰ ਮਾਮੂਲੀ ਚਾਰਜਾਂ ਦੇ ਵਿੱਚ ਚਾਰਜ ਕਰ ਲਿਆ, ਜਿਹਦੇ ਵਿੱਚ ਇੱਕ ਨਜਾਇਜ਼ ਹਥਿਆਰ ਦਾ ਇਹਦੇ ਤੇ ਕੇਸ ਪਾਇਆ ਗਿਆ ਹਾਂਜੀ ਤੇ ਕੋਈ ਥੋੜਾ ਜਿਹਾ ਹੋਰ ਕੋਈ ਡਾਇਨਾਮਾਈਟ ਦਾ ਕੋਈ ਟੁਕੜਾ ਮਿਲਿਆ ਹੋਗਾ ਉਹਦਾ ਪਾਇਆ ਗਿਆ। ਸੋ ਉਹਦੇ ਵਿੱਚ ਇਹਨੇ ਪਲੀ ਗਿਲਟੀ ਕਰ ਦਿੱਤਾ ਇੱਕਦਮ ਤੇ ਇਹਨੂੰ ਸਿਰਫ $2,000 ਜੁਰਮਾਨਾ ਹੋਇਆ ਤੇ ਜੁਰਮਾਨਾ ਭੁਗਤਾ ਕੇ ਇਹ ਫਟਾਫਟ ਇੱਥੋਂ ਪੈਕ ਕਰਕੇ ਆਪਣਾ ਟੱਬਰ ਲੈ ਕੇ ਇੰਗਲੈਂਡ ਚਲਾ ਗਿਆ ਕਿਉਂਕਿ ਇੰਗਲੈਂਡ ਤੋਂ ਇੱਥੇ ਆਇਆ ਸੀ, ਹਾਂਜੀ ਉੱਥੋਂ ਦਾ ਵੀ ਸਿਟੀਜ਼ਨ ਸੀਗਾ, ਯੂਕੇ ਉੱਥੋਂ ਸਿਟੀਜ਼ਨ ਦਾ ਸੀ। ਸਿਟੀਜ਼ਨ ਸੀ, ਇਹ ਵਾਪਸ ਚਲਾ ਗਿਆ ਤੇ ਹਾਂਜੀ ਇਨ ਦਾ ਮੀਨ ਟਾਈਮ ਜਿਹੜੀ ਟੋਕੀਓ ਦੇ ਵਿੱਚ ਜੋ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਸੀ ਬਹੁਤ ਬਰੀਕੀ ਦੇ ਨਾਲ, ਉਹਦੇ ਜਿਹੜੇ ਤੰਦ ਆ ਉਹ ਸਾਰੇ ਦੇ ਸਾਰੇ ਇਹਦੇ ਨਾਲ ਰਿਆਤ ਦੇ ਨਾਲ ਜੁੜਨੇ ਸ਼ੁਰੂ ਹੋ ਗਏ। ਜਦੋਂ ਜੀ ਕਾਫੀ ਸਾਰੇ ਸਬੂਤ ਜਿਹੜੀ ਇਨਵੈਸਟੀਗੇਟਿਵ ਏਜੰਸੀਜ਼ ਆ ਉਹਨਾਂ ਨੂੰ ਮਿਲ ਗਏ, ਉਹਨਾਂ ਨੇ ਫਿਰ ਇਹਨੂੰ ਐਕਸਟਰਾਡਾਈਟ ਕਰਕੇ ਉੱਥੋਂ ਇੰਗਲੈਂਡ ਤੋਂ ਬਕਾਇਦਾ ਕੋਰਟ ਰਾਹੀਂ ਐਕਸਟਰਾਡਾਈਟ ਕਰਕੇ ਕੈਨੇਡਾ ਲਿਆਂਦਾ, ਅੱਛਾ ਇਹਨੂੰ ਜੀ ਚਾਰਜ ਕੀਤਾ ਤੇ 90 ਦੇ ਵਿੱਚ ਇਹਦੇ ਉੱਤੇ ਕੇਸ ਚੱਲਿਆ ਤੇ ਇਹਨੂੰ ਉਹਦੇ ਵਿੱਚ 10 ਸਾਲ ਕੈਦ ਹੋਈ ਅੱਛਾ ਮੈਨ ਸਲਾਟਰ ਦੇ ਵਿੱਚ। ਅੱਛਾ ਜੀ ਅੱਛਾ ਉਹਦੇ ਵਿੱਚ ਇਹਦੇ ਤੇ ਚਾਰਜਸ 2 ਮੈਨ ਸਲਾਟਰ ਦੇ ਲਾਏ ਗਏ ਸੀ ਤੇ ਉਹਦੇ ਵਿੱਚ ਇਹਨੂੰ 10 ਸਾਲ ਦੀ ਜੇਲ੍ਹ ਹੋਈ ਤੇ ਇਹ ਅੱਛਾ 10 ਸਾਲ ਦੀ ਸਜ਼ਾ ਭੁਗਤ ਰਿਹਾ ਸੀ ਜਦੋਂ 2000 ਦੇ ਵਿੱਚ ਸਨ 2000 ਦੇ ਵਿੱਚ ਅਜੈਬ ਸਿੰਘ ਬਾਗੜੀ ਤੇ ਰੁਪਦਮਨ ਸਿੰਘ ਮਲਿਕ ਨੂੰ ਚਾਰਜ ਕਰ ਲਿਆ ਗਿਆ 에ਅਰ ਇੰਡੀਆ ਬੰਬ ਕਾਂਡ ਦੇ ਵਿੱਚ, ਜੀ ਤੇ ਨਾਲ ਹੀ ਥੋੜੇ ਸਮੇਂ ਬਾਅਦ ਹੀ ਕੋਈ ਟੈਕਨੀਕਲਟੀ ਐਸੀ ਸੀ ਐਕਸਟ੍ਰੈਡੀਸ਼ਨ ਦੇ ਵਿੱਚ ਕਿ ਕੈਨੇਡੀਅਨਸ ਨੂੰ ਰਿਆਤ ਨੂੰ ਚਾਰਜ ਕਰਨ ਵਾਸਤੇ ਇੰਗਲੈਂਡ ਤੋਂ ਪਰਮਿਸ਼ਨ ਲੈਣੀ ਪੈਣੀ ਸੀ ਕਿਉਂਕਿ ਉਹਨੂੰ ਜਿਹੜੀ ਉਹਦੀ ਐਕਸਟ੍ਰੈਡੀਸ਼ਨ ਹੋਈ ਸੀ ਉਹ ਨਰੀਤਾ ਬੰਬ ਕਾਂਡ ਦੇ ਮਾਮਲੇ 'ਚ ਹੋਈ ਸੀ ਹਾਂਜੀ ਤੇ ਉਹ ਪਰਮਿਸ਼ਨ 1-2-4 ਮਹੀਨਿਆਂ ਵਿੱਚ ਮਿਲ ਗਈ। ਪਰਮਿਸ਼ਨ ਮਿਲ ਜਾਣ ਤੋਂ ਬਾਅਦ 2001 ਦੇ ਵਿੱਚ ਇਹਨੂੰ 에ਅਰ ਇੰਡੀਆ ਬੰਬ ਕਾਂਡ ਦੇ ਵਿੱਚ ਵੀ ਚਾਰਜ ਕਰ ਲਿਆ ਗਿਆ। ਇਹਨਾਂ ਸਾਰਿਆਂ ਦੇ ਉੱਤੇ ਹੀ ਫਿਰ ਜਿਹੜੇ ਚਾਰਜ ਆ ਉਹ 329 ਜਿਹੜੇ ਕਤਲ ਆ ਉਹਦੇ ਚਾਰਜ ਲੱਗ ਗਏ। ਠੀਕ ਹੈ ਜੀ ਸੋ ਇਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਇੰਦਰਜੀਤ ਸਿੰਘ ਰਿਆਤ ਆ ਉਹਨੇ ਕਰਾਊਨ ਦੇ ਨਾਲ ਸਰਕਾਰੀ ਧਿਰ ਦੇ ਨਾਲ ਲੈਣ ਦੇਣ ਕਰ ਲਿਆ ਤੇ ਉਹਨੇ ਗਿਲਟੀ ਪਲੀ ਕਰ ਦਿੱਤਾ ਲੈਸਰ ਚਾਰਜ ਦੇ ਵਿੱਚ ਵੀ ਮੈਂ ਮੇਰਾ ਇਹਦੇ ਵਿੱਚ ਹਿੱਸਾ ਸੀ। ਜਿਹੜੀਆਂ ਗੱਲਾਂ ਮੈਂ ਪਹਿਲਾਂ ਰਿਪੋਰਟ ਕਰ ਚੁੱਕਾ ਤੁਹਾਨੂੰ ਪਹਿਲਾਂ ਦੱਸ ਚੁੱਕਾ ਬਿਆਨ ਕਰ ਚੁੱਕਾ ਕਿ ਮੈਨੂੰ ਪਤਾ ਨਹੀਂ ਸੀ ਬੰਬ ਮੈਂ ਪਹਿਲਾਂ ਉਹ ਟੈਸਟ ਵਾਲਾ ਬਣਾਇਆ ਤੇ ਦੂਜੇ ਵਿੱਚ ਮੈਂ ਮਦਦ ਕੀਤੀ ਮਿਸਟਰ ਐਕਸ ਨੇ ਬੰਬ ਬਣਾਏ ਸੀ ਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਕਿੱਥੇ ਵਰਤੇ ਜਾਣੇ ਆ। ਸੋ ਉਹਦੇ ਵਿੱਚ ਇਹਨੂੰ 5 ਸਾਲ ਸਿਰਫ ਸਜ਼ਾ ਦਿੱਤੀ ਅਦਾਲਤ ਨੇ ਲੈਣ ਦੇਣ ਕਰਕੇ ਜਿਹਨੂੰ ਪਲੀ ਬਾਰਗਨਿੰਗ ਆਪਾਂ ਕਹਿ ਦਿੰਦੇ ਹਾਂ। ਹਾਂਜੀ ਉਹਨਾਂ ਨੂੰ ਆਸ ਸੀ ਕਿ ਜਿਹੜੇ ਦੂਜੇ ਦੋ ਅਕਿਊਜ਼ਡ ਆ ਉਹਨਾਂ ਦੇ ਖਿਲਾਫ ਟੈਸਟੀਫਾਈ ਕਰੇਗਾ, ਪਰ ਜਦੋਂ ਦੂਜੇ ਦੋ ਅਕਿਊਜ਼ਡ ਵਾਸਤੇ ਇਹਨੂੰ ਅਦਾਲਤ ਵਿੱਚ ਸਟੈਂਡ ਤੇ ਗਵਾਹ ਦੇ ਤੌਰ ਤੇ ਖੜਾ ਕੀਤਾ ਗਿਆ ਤੇ ਇਹ ਸਭ ਕਾਸੇ ਤੋਂ ਮੁੱਕਰ ਗਿਆ, ਇਹ ਅੱਛਾ ਹਰ ਗੱਲ ਜਿਹੜੀ ਆ ਉਹਦੇ ਤੋਂ ਮੁੱਕਰ ਗਿਆ ਤੇ ਔਨ ਰਿਕਾਰਡ ਸਮਝਿਆ ਜਾਂਦਾ ਕਿ ਇਹਨੇ 27-28 ਵਾਰ ਝੂਠ ਬੋਲਿਆ ਅਦਾਲਤ ਦੇ ਵਿੱਚ ਤੇ ਉਸ ਝੂਠ ਕਰਕੇ ਜਿਹੜੇ ਵੱਡਾ ਹਿੱਸਾ ਇਹਦੇ ਝੂਠ ਦਾ ਸੀ, ਜਿਸ ਕਰਕੇ ਜਿਹੜੇ ਦੂਜੇ ਦੋਵੇਂ ਅਕਿਊਜ਼ ਸੀ ਰੁਪਦਮਨ ਸਿੰਘ ਮਲਿਕ ਤੇ ਅਜੈਬ ਸਿੰਘ ਬਾਗੜੀ ਉਹ ਠੀਕ ਦੋਵੇਂ ਸਬੂਤਾਂ ਦੀ ਘਾਟ ਕਾਰਨ ਇਸ ਕੇਸ ਵਿੱਚੋਂ ਬਰੀ ਹੋ ਗਿਆ, ਜੀ ਪਰ ਇੰਦਰਜੀਤ ਸਿੰਘ ਰਿਆਤ ਨੂੰ ਅਦਾਲਤ ਵਿੱਚ ਝੂਠ ਬੋਲਣ ਲਈ ਫਿਰ ਚਾਰਜ ਕਰ ਲਿਆ ਗਿਆ ਅੱਛਾ ਜੀ ਤੇ ਇਹਦੇ ਤੇ ਫਿਰ ਕੇਸ ਚੱਲਿਆ। ਇਸ ਚਾਰਜ ਥੱਲੇ ਜਿਹਨੂੰ ਉੱਥੇ ਪਰਜਰੀ ਦਾ ਚਾਰਜ ਕਹਿੰਦੇ ਆ ਜੀ ਉਹ ਇਹਨਾਂ ਇਹਨਾਂ ਦੋ ਬੰਬ ਕਾਂਡਾਂ ਦੇ ਸੰਬੰਧ ਵਿੱਚ ਹੀ ਉਹਨੇ ਝੂਠ ਬੋਲਿਆ ਸੀ ਤੇ ਉਹਦੇ ਵਿੱਚ ਉਹਨੂੰ 9 ਸਾਲ ਮੈਕਸਿਮਮ ਸਜ਼ਾ ਹੋ ਸਕਦੀ ਸੀ ਤੇ ਉਹਨੂੰ 9 ਸਾਲ ਮੈਕਸਿਮਮ ਸਜ਼ਾ ਇਹਦੇ ਵਿੱਚ ਹੋਈ। ਇਸ ਅੱਛਾ ਤਰ੍ਹਾਂ ਇੰਦਰਜੀਤ ਸਿੰਘ ਰਿਆਤ ਜਿਹੜਾ ਕਿ ਕਮਰਧਾਰੀ ਸਿੱਖ ਆ ਇੱਕੋ ਇੱਕ ਵਿਅਕਤੀ ਆ ਜਿਹੜਾ ਇਹਨਾਂ ਦੋ ਬੰਬ ਕਾਂਡਾਂ ਵਿੱਚ ਜਿਨ੍ਹਾਂ ਵਿੱਚ 331 ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ ਉਹਦੇ ਵਿੱਚ ਇੱਕੋ ਇੱਕ ਵਿਅਕਤੀ ਆ ਜਿਹੜਾ ਅੱਜ ਤੱਕ ਕਨਵਿਕਟ ਹੋਇਆ ਔਰ 3 ਵਾਰ ਕਨਵਿਕਟ ਹੋਇਆ, ਪਹਿਲਾਂ 10 ਸਾਲ ਦੀ ਕੈਦ, ਫਿਰ 5 ਸਾਲ ਦੀ ਕੈਦ, ਫਿਰ 9 ਸਾਲ ਦੀ ਕੈਦ। ਫਿਰ ਦਿਓਲ ਸਾਹਿਬ ਜਿਹੜਾ ਤਲਵਿੰਦਰ ਸਿੰਘ ਪਰਿਵਾਰ ਦੀ ਤੁਸੀਂ ਗੱਲ ਕਰਦੇ ਹੈਗੇ ਹੋ, ਉਹਨਾਂ ਦਾ ਵੀ ਨਾਂ ਆਉਂਦਾ ਹੈਗਾ ਇਹਦੇ ਵਿੱਚ, ਕੀ ਉਹਨਾਂ ਦੀ ਵੀ ਕਨਵਿਕਸ਼ਨ ਹੋਈ ਹੈਗੀ ਇਸ ਚੀਜ਼ ਦੇ ਵਿੱਚ, ਇਸ ਇੰਸੀਡੈਂਟ ਦੇ ਵਿੱਚ? ਨਹੀਂ ਜੀ, ਇਸ ਤਰ੍ਹਾਂ ਹੋਇਆ ਵੀ ਪਹਿਲਾਂ ਮੈਂ ਤੁਹਾਨੂੰ ਬਿਆਨ ਕੀਤਾ ਵੀ ਨਵੰਬਰ 85 ਵਿੱਚ ਉਹਨੂੰ ਫੜ ਲਿਆ ਗਿਆ ਤੇ ਫਿਰ ਥੋੜੀ ਇਨਵੈਸਟੀਗੇਸ਼ਨ ਤੋਂ ਬਾਅਦ ਉਹਨੂੰ ਛੱਡ ਦਿੱਤਾ ਗਿਆ ਕਿਉਂਕਿ ਕਰਾਊਨ ਜਾਂ ਸਰਕਾਰੀ ਧਿਰ ਤੇ ਇਨਵੈਸਟੀਗੇਟਿਵ ਏਜੰਸੀਜ਼ ਜਿਹੜੀਆਂ ਉਹ ਕਾਫੀ ਸੋਲਿਡ ਸਬੂਤ ਚਾਹੁੰਦੇ ਸੀ ਤਾਂ ਕਿ ਜਦੋਂ ਹੱਥ ਪਾਉਣ ਤੇ ਫਿਰ ਕਨਵਿਕਸ਼ਨ ਜਿਹੜੀ ਆ ਉਹਦੇ ਕਾਫੀ ਚਾਂਸਸ ਹੋਣ। ਤਲਵਿੰਦਰ ਸਿੰਘ ਪਰਮਾਰ 88 ਵਿੱਚ ਇੱਥੋਂ ਗਾਇਬ ਹੋ ਗਿਆ। ਅੱਛਾ ਜੀ ਹਾਂਜੀ, ਇਹ ਬਹੁਤ ਹੈਰਾਨੀ ਵਾਲਾ ਕੇਸ ਆ। ਕੈਨੇਡੀਅਨ ਏਜੰਸੀਜ਼ ਜਿਹੜੀਆਂ ਜਿਨ੍ਹਾਂ ਦਾ ਫਰਜ਼ ਬਣਦਾ ਸੀ ਇਹਦੇ ਤੇ ਅੱਖ ਰੱਖਣ ਦਾ, ਇਹਦੇ ਤੇ ਧਿਆਨ ਰੱਖਣ ਦਾ, ਉਹ ਇੱਕ ਤੇ ਬੰਬ ਕਾਂਡ ਤੋਂ ਪਹਿਲਾਂ ਬਹੁਤ ਬੁਰੀ ਤਰ੍ਹਾਂ ਫੇਲ ਹੋਈਆਂ ਇਹਨਾਂ ਦੇ ਸਰਵੇਲੈਂਸ ਦੇ ਵਿੱਚ, ਹਾਂਜੀ ਟਰੈਕਿੰਗ ਦੇ ਵਿੱਚ, ਤਾਂ ਕਿ ਬੰਬ ਕਾਂਡ ਨੂੰ ਟਰੈਕਸ ਦੇ ਵਿੱਚ ਰੋਕਿਆ ਜਾ ਸਕਦਾ। ਹਾਂਜੀ ਹਾਂਜੀ ਜਦੋਂ ਇਹ ਘਟਨਾ ਵਾਪਰ ਗਈ ਤੇ ਉਹਦੀ ਇਨਵੈਸਟੀਗੇਸ਼ਨ ਵਿੱਚ ਵੀ ਉਹ ਬਹੁਤ ਢਿੱਲੀਆਂ ਸਾਬਤ ਹੋਈਆਂ। ਸੋ ਤਲਵਿੰਦਰ ਸਿੰਘ ਪਰਮਾਰ ਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਉਹ ਕਿਹੜੇ ਵੇਲੇ
ਅਮਰੀਕਾ ਰਾਹੀਂ ਪਾਕਿਸਤਾਨ ਨੂੰ 1988 ਵਿੱਚ ਖਿਸਕ ਗਿਆ। ਅੱਛਾ ਤੇ ਉਹਨੇ ਇੱਕ ਵਿਅਕਤੀ ਦਾ ਪਾਸਪੋਰਟ ਇਹਦੇ ਵਿੱਚ ਵਰਤਿਆ ਪਾਕਿਸਤਾਨ ਜਾਣ ਵਾਸਤੇ, ਜਿਹਦਾ ਲਾਸਟ ਨੇਮ ਭੰਦੇਰ ਆ, ਤੇ ਉਹ ਇਸ ਗਰੁੱਪ ਦਾ ਨੇੜਿਓਂ ਸਮਰਥਕ ਸੀ। ਹਾਂਜੀ ਉਹਦੇ ਪਾਸਪੋਰਟ ਤੇ ਕਿਹਾ ਜਾਂਦਾ ਕਿ ਪਾਕਿਸਤਾਨ ਚਲਾ ਗਿਆ। ਪਾਕਸਤਾਨ ਤੋਂ ਇਹ ਬਹੁਤ ਵਾਰ ਇੰਡੀਆ ਆਉਂਦਾ ਜਾਂਦਾ ਰਿਹਾ, ਇੱਕ ਵਾਰ ਨਹੀਂ ਬਹੁਤ ਵਾਰ ਜੀ ਬਾਰਡਰ ਕ੍ਰਾਸ ਕਰਦਾ ਰਿਹਾ। ਜੀ ISI ਨੇ ਜਿਹੜੇ ਇਹਨੂੰ ਹਥਿਆਰ ਪ੍ਰੋਵਾਈਡ ਕਰਨੇ ਸੀ, ਉਹਨਾਂ ਤੋਂ ਵੱਖਰਾ ਵੀ ਇਹ ਉੱਥੇ ਦੀ ਖੁੱਲੀ ਮਾਰਕੀਟ ਦੇ ਵਿੱਚੋਂ ਇਹ ਹਥਿਆਰ ਵਗੈਰਾ ਖਰੀਦ ਕੇ ਪੰਜਾਬ ਲੈ ਕੇ ਜਾਂਦਾ ਰਿਹਾ। ਪਰ ਅੱਛਾ ਹੈਰਾਨੀ ਇਸ ਗੱਲ ਦੀ ਆ ਕਿ ਇਹ ਇੱਕ ਵਾਰ ਉੱਥੋਂ ਵਾਪਸ ਵੀ ਕੈਨੇਡਾ ਦਾ ਗੇੜਾ ਮਾਰ ਕੇ ਫਿਰ ਵਾਪਸ ਚਲਾ ਗਿਆ। ਅੱਛਾ ਔਰ ਕੈਨੇਡੀਅਨ ਏਜੰਸੀ ਜਾਂ ਈਵਨ ਅਮਰੀਕਨ ਏਜੰਸੀਜ਼ ਵੀ ਇਹਦੇ ਵਿੱਚ ਬਹੁਤ, ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਆ ਸੈਟਿਸਫੈਕਟਰੀ ਨਹੀਂ ਹੈ, ਕਿਉਂਕਿ ਅਮਰੀਕਾ ਰਾਹੀਂ ਇੱਥੋਂ ਇਹ ਅਸਕੇਪ ਹੋਇਆ ਤੇ ਜੀ ਅਮਰੀਕਨਸ ਵੀ ਇਹਨੂੰ ਡਿਟੈਕਟ ਕਰਨ ਵਿੱਚ ਕਾਮਯਾਬ ਨਹੀਂ ਰਹੇ। ਸੋ ਜੀ ਤਲਵਿੰਦਰ ਸਿੰਘ ਪਰਮਾਰ ਨੂੰ ਇਹਦੇ ਵਿੱਚ ਕਦੇ ਵੀ ਚਾਰਜ ਨਹੀਂ ਕੀਤਾ ਗਿਆ ਤੇ 1992 ਦੇ ਵਿੱਚ ਉਹ ਉੱਥੇ ਪੰਜਾਬ ਪੁਲਿਸ ਦੇ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ, ਜਿਹਦਾ ਹਾਂਜੀ ਕਿ ਜ਼ਿਕਰ ਬੜੀ ਡਿਟੇਲ ਦੇ ਵਿੱਚ ਟੈਰੀ ਮਲਸਕੀ ਨੇ ਇਸ ਕਿਤਾਬ ਵਿੱਚ ਕੀਤਾ ਹੈ ਕਿ ਕੰਗ ਰਾਹੀਂ ਕੋਈ ਪਿੰਡ ਆ ਫਲੌਰ ਦੇ ਲਾਗੇ ਜਿੱਥੇ ਪੁਲਿਸ ਦੇ ਨਾਲ ਮੁਕਾਬਲਾ ਹੋਇਆ, ਔਰ ਉਸ ਮੁਕਾਬਲੇ ਦੇ ਵਿੱਚ ਤਲਵਿੰਦਰ ਸਿੰਘ ਪਰਮਾਰ ਸਮੇਤ ਜਿਹੜੇ 6 ਦਹਿਸ਼ਤਗਰਦ ਮਾਰੇ ਗਏ, ਜਿਨ੍ਹਾਂ ਦੇ ਵਿੱਚੋਂ 2 ਕੋਲ ਪਾਕਿਸਤਾਨੀ ਡਾਕੂਮੈਂਟ ਸੀਗੇ। ਇੱਕ ਜੀ ਪਾਕਿਸਤਾਨੀ ਸ਼ਹਿਰੀ ਸੀ, ਬਾਅਦ ਵਿੱਚ ਪਤਾ ਲੱਗਿਆ ਕਿ ਦੂਜਾ ਜਿਹੜਾ ਸੀ ਉਹ ਕਸ਼ਮੀਰ ਤੋਂ ਸੀ, ਪਰ ਉਹ ਵੀ ISI ਦੇ ਨਾਲ ਕੰਮ ਕਰਦਾ ਸੀ। ਜੀ ਪਰ ਇਹਦੇ ਨਾਲ ਸੋ ਤਲ ਦਿਓਲ ਸਾਹਿਬ, ਤੁਸੀਂ ਇੰਨੀ ਦੇਰ ਤੋਂ ਉੱਥੇ ਕੈਨੇਡੀਅਨ ਜਿਹੜੀ ਇਨਵੈਸਟੀਗੇਸ਼ਨ ਤੋਂ ਬਹੁਤ ਜ਼ਿਆਦਾ ਵਾਕਫ ਹੈਗੇ ਹੋ, ਸਿਸਟਮ ਤੋਂ ਵਾਕਫ ਹੈਗੇ ਹੋ, ਪਰ ਇਹ ਬੜੀ ਹੈਰਾਨਗੀ ਦੀ ਗੱਲ ਨਹੀਂ ਕਿ ਐਡਾ ਵੱਡਾ ਹਿਸਟੋਰੀਕਲ ਇੰਸੀਡੈਂਟ ਹੋਇਆ ਹੋਵੇ, ਐਡਾ ਜ਼ਿਆਦਾ ਐਡੀ ਵੱਡੀ ਟ੍ਰੈਜਡੀ ਹੋਈ ਹੋਵੇ, ਔਰ 130 ਮਿਲੀਅਨ ਜਿਹੜਾ ਡਾਲਰ, ਜਿਹੜਾ ਕੈਨੇਡੀਅਨ ਡਾਲਰ ਉਸ ਇਨਵੈਸਟੀਗੇਸ਼ਨ ਤੇ ਖਰਚ ਗਿਆ ਹੋ, ਕੀਤਾ ਗਿਆ ਹੋਵੇ, ਔਰ ਸੁਣਨ ਦੇ ਵਿੱਚ ਲੋਕਾਂ ਤੋਂ ਇਹ ਵੀ ਪਤਾ ਚੱਲਦਾ ਹੈਗਾ ਵੀ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਜਿਹੜੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੈਗੀ, ਉਹਦੇ ਵਿੱਚ ਤੁਹਾਡੀਆਂ ਆਪਣੀਆਂ ਏਜੰਸੀਆਂ ਦੀ ਬਹੁਤ ਵੱਡੀ ਨਾਕਾਮੀ ਹੈ, ਕਿਤੇ ਕਹਿੰਦੇ ਸਾਡੀਆਂ ਜਿਹੜੀਆਂ ਟੇਪਾਂ ਅਰੇਸ ਹੋ ਗਈਆਂ ਹੈਗੀਆਂ, ਉਹਨਾਂ ਨੂੰ ਪਹਿਲਾਂ ਪਤਾ ਹੈਗਾ ਸੀਗਾ, ਉਹ ਰੋਕ ਨਹੀਂ ਸਕੇ ਹੈਗੇ, ਐਡੇ ਵੱਡੇ ਇਨਸੀਡੈਂਟ ਨੂੰ ਰੋਕ ਨਹੀਂ ਸਕੇ, ਤੇ ਲੱਗਦਾ ਨਹੀਂ ਹੈਗਾ ਵੀ ਇਹਨਾਂ ਦੀ ਤੁਹਾਡੀ ਈਵਨ ਕਿ ਕੈਨੇਡੀਅਨ ਵੱਲੋਂ ਵੀ ਬਹੁਤ ਜ਼ਿਆਦਾ ਕਵਰ ਅਪ ਟਾਈਪ ਕੋਈ ਸਿਸਟਮ ਲੱਗਦਾ ਹੈਗਾ। ਦੇਖੋ ਜੀ, ਬਹੁਤ ਵੱਡੀ ਇਹਨਾਂ ਦੀ ਅਣਗਹਿਲੀ ਆ ਕੈਨੇਡੀਅਨ ਏਜੰਸੀਜ਼ ਦੀ। ਇਸੇ ਕਰਕੇ ਗਵਰਨਰ ਕੈਨੇਡਾ ਨੇ ਜਸਟਿਸ ਜੌਨ ਮੇਜਰ, ਜਿਹੜੇ ਰਿਟਾਇਰਡ ਜੱਜ ਨੇ, ਉਹਨਾਂ ਦਾ ਕਮਿਸ਼ਨ ਬਣਾਇਆ ਸੀ। ਤੇ ਉਸ ਕਮਿਸ਼ਨ ਦਾ ਜਿਹੜਾ ਟਰਮ ਆਫ ਰੈਫਰੈਂਸ ਇਹੋ ਹੀ ਸੀ ਵੀ ਜਿਹਦੇ ਵਿੱਚ ਵੀਕਨੈਸ ਕਮਜ਼ੋਰੀਆਂ ਕਿੱਥੇ ਰਹਿ ਗਈਆਂ ਤਾਂ ਕਿ ਇਸ ਕਿਸਮ ਦੀ ਘਟਨਾ ਜਿਹੜੀ ਦੁਬਾਰਾ ਨਾ ਵਾਪਰੇ। ਤੇ ਉਹਨਾਂ ਨੇ ਬਹੁਤ ਲੰਬੀ ਇਨਵੈਸਟੀਗੇਸ਼ਨ ਕਰਕੇ ਕੋਈ 4000 ਪੇਜ ਦੀ ਰਿਪੋਰਟ ਦਿੱਤੀ ਸੀ ਜਸਟਿਸ ਜੌਨ ਮੇਜਰ ਨੇ, ਉਹਦਾ ਜ਼ਿਕਰ ਵੀ ਇਸ ਕਿਤਾਬ ਦੇ ਵਿੱਚ ਬੜਾ ਡਿਟੇਲ ਦੇ ਵਿੱਚ ਦਿੱਤਾ ਗਿਆ। ਜੇ ਥੋੜ੍ਹਾ ਜਿਹਾ ਪਿੱਛੇ ਜਾਈਏ ਆਪਾਂ ਇਸ ਇੰਸੀਡੈਂਟ ਤੋਂ, ਘਟਨਾ ਤੋਂ 23 ਜੂਨ 85 ਦੀ ਤੋਂ, ਤੇ 84 ਦੇ ਵਿੱਚ ਇੱਕ ਵੱਡੀ ਵੱਡੀ ਤਬਦੀਲੀ ਇੱਥੇ ਚਾਲ ਸਾਹਿਬ ਹੋਈ ਸੀ ਇਨਵੈਸਟੀਗੇਟਿਵ ਤੇ ਸਪਾਈ ਏਜੰਸੀਜ਼ ਦੀ। ਪਹਿਲਾਂ ਕੈਨੇਡਾ ਦੇ ਵਿੱਚ ਜਿਹੜੀ ਕੌਮੀ ਏਜੰਸੀ ਸੀ ਸਪਾਈਂਗ ਵਾਸਤੇ, ਇਨਵੈਸਟੀਗੇਸ਼ਨ ਵਾਸਤੇ ਤੇ ਕ੍ਰਿਮੀਨਲ ਇਨਵੈਸਟੀਗੇਸ਼ਨ ਇਨਫੋਰਸਮੈਂਟ ਵਾਸਤੇ, ਪੁਲਿਸ ਪੁਲਿਸ ਟਾਈਪ, ਉਹ ਸਿਰਫ RCMP ਸੀ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ। ਓਕੇ ਜੀ ਫਿਰ ਇਹਨਾਂ ਨੇ ਸਮਝਿਆ ਕਿ ਇਹਨੂੰ ਜਿਹੜੀ ਸਪਾਈਂਗ ਏਜੰਸੀ ਆ, ਜਿਹੜੀ ਖੁਫੀਆ ਏਜੰਸੀ ਆ, ਇਨਵੈਸਟੀਗੇਟਿਵ ਏਜੰਸੀ ਆ, ਉਹਨੂੰ ਵੱਖ ਕੀਤਾ ਜਾਵੇ। ਤੇ 84 ਦੇ ਵਿੱਚ ਹੀ ਜਿਹੜੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਏਜੰਸੀ ਆ CSIS, ਉਹ ਵੱਖ ਕੀਤੀ ਗਈ। ਤੇ ਬਹੁਤੇ ਜਿਹੜੇ ਅਫਸਰ ਆ ਉਹਦੇ ਵਿੱਚ RCMP ਤੋਂ ਲਾਇਆ ਗਿਆ, ਫਿਰ ਹੋਰ ਭਰਤੀ ਵੀ ਕੀਤੀ ਗਈ। ਜੀ ਇਹ ਦੋਵੇਂ ਏਜੰਸੀਆਂ ਜਿਹੜੀਆਂ, ਇਹਨਾਂ ਦੀ ਆਪਸ ਵਿੱਚ ਜਿਹੜੀ ਕਮਿਊਨੀਕੇਸ਼ਨ ਆ ਉਹ ਬਹੁਤ ਜ਼ਿਆਦਾ ਵੀਕ ਸੀ, ਓਕੇ ਬਹੁਤ ਜ਼ਿਆਦਾ ਕਮਜ਼ੋਰ ਸੀ। CSIS ਨੇ ਜਿਹੜੇ ਬਹੁਤ ਸਾਰੇ ਇੰਸੀਡੈਂਟ ਉਹ ਟਾਈਮ ਸਿਰ RCMP ਨੂੰ ਰਿਪੋਰਟ ਨਹੀਂ ਕੀਤੇ। ਓਕੇ ਜਿਵੇਂ ਮੈਂ 4 ਜੂਨ ਦਾ ਇਹਨਾਂ ਦਾ ਟੈਸਟ ਜਿਹੜਾ ਇਹਨਾਂ ਨੇ ਜਾ ਕੇ ਜੰਗਲ ਦੇ ਵਿੱਚ ਕੀਤਾ ਬੰਬ ਦਾ, ਆਪਣੇ ਪਹਿਲੇ ਬਣਾਏ ਬੰਬ ਦਾ, ਉਹਦੀ ਰਿਪੋਰਟਿੰਗ ਉਹਨਾਂ ਨੇ ਟਾਈਮ ਸਿਰ ਕ੍ਰਿਮੀਨਲ ਇਨਵੈਸਟੀਗੇਟਿਵ ਏਜੰਸੀ ਜਿਹੜੀ RCMP ਉਹਨੂੰ ਨਹੀਂ ਕੀਤੀ। ਜੀ ਇਸ ਤੋਂ ਇਲਾਵਾ ਤਲਵਿੰਦਰ ਸਿੰਘ ਪਰਮਾਰ ਦੀ ਆਫੀਸ਼ੀਅਲੀ ਜਿਹੜੀ ਸਰਵੇਲੈਂਸ ਆ ਉਹ ਮਾਰਚ 27, 1985 ਤੋਂ ਸ਼ੁਰੂ ਹੋ ਗਈ ਸੀ। ਜੀ CSIS ਜਿਹੜੀ ਇਨਵੈਸਟੀਗੇਟਿਵ ਏਜੰਸੀ ਆ, ਉਹਨੂੰ ਬਕਾਇਦਾ ਅਦਾਲਤ ਤੋਂ ਆਗਿਆ ਲੈ ਕੇ ਇਹ ਜਿਹੜੀ ਸਰਵੇਲੈਂਸ ਆ ਉਹਦੇ ਟੈਲੀਫੋਨ ਵਗੈਰਾ ਦੀ ਤੇ ਉਹਨੂੰ ਫੋਲੋ ਕਰਨ ਦੀ ਸ਼ੁਰੂ ਕੀਤੀ ਸੀ। ਠੀਕ ਹੈ ਤੇ ਬਹੁਤ ਸਾਰੀਆਂ ਜਿਹੜੀਆਂ ਉਹਦੀਆਂ ਸੈਂਕੜੇ ਹੀ ਕਾਲਾਂ ਜਿਹੜੀਆਂ ਉਹਦੀਆਂ ਰਿਕਾਰਡ ਹੋਈਆਂ, ਉਹਨਾਂ ਕਾਲਾਂ ਨੂੰ ਟਾਈਮ ਸਿਰ ਟਰਾਂਸਲੇਟ ਵੀ ਨਹੀਂ ਕੀਤਾ ਗਿਆ, ਕਿਉਂਕਿ ਇਹਨਾਂ ਕੋਲ ਪੰਜਾਬੀ ਟਰਾਂਸਲੇਟਰ ਦੀ ਘਾਟ ਸੀ। ਅੱਛਾ ਵੈਨਕੂਵਰ ਦੇ ਵਿੱਚ ਇਹਨਾਂ ਕੋਲ ਪੰਜਾਬੀ ਟਰਾਂਸਲੇਟਰ ਹੈ ਹੀ ਨਹੀਂ ਸੀ, ਤੇ ਉਹ ਠੀਕ ਹੈ ਜਿਹੜੀਆਂ ਰਿਕਾਰਡਿੰਗਸ ਆ ਉਹਨਾਂ ਨੂੰ ਆਟਵਾ ਭੇਜਿਆ ਜਾਂਦਾ ਸੀ। ਆਟਵਾ ਭੇਜ ਕੇ ਉੱਥੇ ਜਿਹੜਾ ਵੀ ਇਹਨਾਂ ਕੋਲ ਟਰਾਂਸਲੇਟਰ ਉਪਲਬਧ ਸੀ ਪੁਲਿਸ ਸੋਰਸ ਦਾ ਕੋਈ, ਤੇ ਉਹ ਇਹਦੀ ਟਰਾਂਸਲੇਸ਼ਨ ਕਰਨ ਤੋਂ ਬਾਅਦ ਇਹਨਾਂ ਨੂੰ ਰਿਪੋਰਟ ਬੈਕ ਕਰਦਾ ਸੀ, ਤੇ ਕਈ ਵਾਰ 2-2 ਹਫ਼ਤੇ ਤੋਂ ਜ਼ਿਆਦਾ ਟਾਈਮ ਲੱਗ ਜਾਂਦਾ ਸੀ। ਤੁਸੀਂ ਹੁਣ ਜੀ ਦੇਖੋ
ਹੌਟ ਪਰਸੂਟ ਦੇ ਵਿੱਚ ਉਹ ਇੱਕ ਦਹਿਸ਼ਤਗਰਦ ਇੰਸੀਡੈਂਟ ਦੀ ਸੰਭਾਵਨਾ ਆ ਤੇ ਪਰ ਜਿਹੜੀ ਤੁਹਾਡੇ ਕੋਲ ਇਨਫੋਰਮੇਸ਼ਨ ਆ ਉਹ ਦੋ ਦੋ ਹਫ਼ਤੇ ਜਾਂ ਇਸ ਤੋਂ ਲੇਟ ਪਹੁੰਚਦੀ ਆ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਫੋਨ ਦੇ ਉੱਤੇ ਉਹ ਕੀ ਪਲੈਨਿੰਗ ਕਰ ਰਿਹਾ ਹੈ ਇਸ ਤੋਂ ਇਲਾਵਾ ਜਿਹੜੀ ਕਾਫੀ ਸਾਰੀਆਂ ਰਿਕਾਰਡਿੰਗਸ ਆ ਜਿਹਨਾਂ ਵਿੱਚ ਸੈਂਕੜੇ ਰਿਕਾਰਡਿੰਗ ਜਿਹੜੀਆਂ ਉਹ ਅਰੇਜ਼ ਕਰ ਦਿੱਤੀਆਂ ਗਈਆਂ ਭਾਵੇਂ ਉਹਦੀ ਟਰਾਂਸਲੇਸ਼ਨ ਕੀਤੀ ਗਈ ਉਹਦੀ ਟਰਾਂਸਕ੍ਰਿਪਟ ਬਣਾ ਲਈ ਗਈ ਉਹ ਰਿਕਾਰਡ ਤੇ ਹੈਗੀ ਆ ਪਰ ਉਹ ਓਰਿਜਿਨਲ ਜਿਹੜੀਆਂ ਰਿਕਾਰਡਿੰਗਸ ਆ ਉਹ ਅਰੇਜ਼ ਕਰ ਦਿੱਤੀਆਂ ਗਈਆਂ ਕਿਉਂਕਿ ਕੋਈ ਇਸ ਕਿਸਮ ਦਾ ਰੂਲ ਸੀ ਸੀਸਸ ਦੇ ਕੋਲ ਕਿ ਉਹ ਸਰਟਨ ਟਾਈਮ ਲਈ ਕੁਝ ਰਿਕਾਰਡਿੰਗ ਰੱਖ ਸਕਦੇ ਸੀ ਜੇਕਰ ਬੰਦੇ ਦੇ ਉੱਤੇ ਕੋਈ ਕ੍ਰਿਮੀਨਲ ਡਾਇਰੈਕਟ ਕੋਈ ਕ੍ਰਿਮੀਨਲ ਇੰਪਲੀਕੇਸ਼ਨ ਨਾ ਹੋਵੇ ਤੇ ਬਹੁਤਾ ਦੇਰ ਉਹ ਰਿਕਾਰਡਿੰਗ ਜਿਹੜੀਆਂ ਉਹ ਰੱਖ ਨਹੀਂ ਸੀ ਸਕਦੇ ਉਹਨਾਂ ਇਹ ਉਹਨਾਂ ਦਾ ਕਹਿਣਾ ਆ ਮੈਂ ਨਹੀਂ ਕਹਿ ਰਿਹਾ ਉਹਨਾਂ ਦਾ ਕਹਿਣਾ ਆ ਤੇ ਉਹ ਕਾਫੀ ਸਾਰੀਆਂ ਰਿਕਾਰਡਿੰਗ ਫਿਰ ਉਹ ਅਰੇਜ਼ ਕਰਦੇ ਰਹੇ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਟੈਰੀ ਮਲਸਕੀ ਨੇ ਬਹੁਤ ਡਿਟੇਲ ਵਿੱਚ ਇਸ ਕਿਤਾਬ ਵਿੱਚ ਦੱਸਿਆ ਵੀ ਅਣਗਹਿਲੀ ਦੇ ਵਿੱਚ ਵੀ ਉਹ ਅਰੇਜ਼ ਕਰਦੇ ਰਹੇ ਕਿਉਂਕਿ ਘਟਨਾ ਵਾਪਰਨ ਤੋਂ ਬਾਅਦ ਵੀ ਕੁਛ ਰਿਕਾਰਡਿੰਗ ਜਿਹੜੀਆਂ ਉਹ ਅਰੇਜ਼ ਕਰ ਦਿੱਤੀਆਂ ਗਈਆਂ ਅਦਾਲਤ ਦੇ ਵਿੱਚ ਤੁਸੀਂ ਕਿਸੇ ਚੀਜ਼ ਦੀ ਟਰਾਂਸਕ੍ਰਿਪਟ ਨਹੀਂ ਪੇਸ਼ ਕਰ ਸਕਦੇ ਜੀ ਚਾਹਲ ਤੇ ਰਾਜ ਦੇ ਵਿਚਕਾਰ ਆ ਗੱਲ ਹੋਈ ਸੀ ਉਹਦੇ ਵਿੱਚ ਉਹਨਾਂ ਆਹ ਕਿਹਾ ਤੇ ਉਹਨੇ ਆਹ ਕਿਹਾ ਅਨਲੈਸ ਸਾਡੇ ਦੋਵਾਂ ਚੋਂ ਇੱਕ ਬੰਦਾ ਕਹੇ ਜੀ ਹਾਂ ਸਾਡੀ ਇਹ ਗੱਲ ਹੋਈ ਆ ਕੋਈ ਤੀਜਾ ਬੰਦਾ ਜਿਹੜਾ ਲਿਖਤ ਪੇਸ਼ ਕਰਦਾ ਤੇ ਉਹਦੀ ਉਹਦੀ ਇੰਪੋਰਟੈਂਸ ਬਹੁਤ ਘੱਟ ਜਾਂਦੀ ਹੈ ਜੇ ਉਹਨੇ ਡਾਇਰੈਕਟਲੀ ਸਾਡੀ ਗੱਲਬਾਤ ਨੂੰ ਜਾਂ ਕਿਸੇ ਕ੍ਰਿਮੀਨਲ ਐਕਟੀਵਿਟੀ ਨੂੰ ਦੇਖਿਆ ਜਾਂ ਸੁਣਿਆ ਨਾ ਹੋਵੇ ਸੋ ਜਿਹੜੀਆਂ ਉਹ ਰਿਕਾਰਡਿੰਗਸ ਆ ਡਾਇਰੈਕਟ ਗਿਲਟ ਪ੍ਰੂਵ ਕਰਨ ਵਾਸਤੇ ਅਦਾਲਤ ਵਿੱਚ ਇਹਨਾਂ ਦੀ ਆਪਣੀ ਆਵਾਜ਼ ਵਿੱਚ ਜਿਹੜੀਆਂ ਉਹ ਰਿਕਾਰਡਿੰਗਸ ਆ ਉਹ ਉਹਨਾਂ ਦਾ ਹੋਣਾ ਜ਼ਰੂਰੀ ਸੀ ਪਰ ਉਹ ਕਿਉਂਕਿ ਅਰੇਜ਼ ਕਰ ਦਿੱਤੀਆਂ ਗਈਆਂ ਇਸ ਕਰਕੇ ਜਿਹੜਾ ਕੇਸ ਆ ਉਹਨੂੰ ਸਾਬਤ ਕਰਨ ਵਿੱਚ ਜਿਹੜਾ ਕਰਾਊਨ ਆ ਉਹਦੀ ਵੀਕਨੈਸ ਇਹ ਸਾਬਤ ਹੋਈਆਂ ਜਿਹੜੀਆਂ ਰਿਕਾਰਡਿੰਗਸ ਆ ਹਾਂਜੀ ਹਾਂਜੀ ਨਹੀਂ ਇਹਦੇ ਵਿੱਚੋਂ ਮੈਂ ਦੂਜੇ ਪਾਸੇ ਦਿਓਲ ਸਾਹਿਬ ਮੈਂ ਡੈਵਲਜ਼ ਐਡਵੋਕੇਟ ਬਣ ਰਿਹਾ ਹੈਗਾ ਮੈਂ ਕਾਫੀ ਲੋਕਾਂ ਨਾਲ ਈਵਨ ਕਿ ਜਿਹੜੇ ਰੈਡੀਕਲ ਹੈਗੇ ਨੇ ਆਪਣੇ ਆਪ ਨੂੰ ਖਾਲਿਸਤਾਨੀ ਧਿਰਾਂ ਕਹਾਉਂਦੇ ਹੈਗੇ ਨੇ ਮੇਰੀ ਕੁਛ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਹੋਈ ਹੈ ਇਸ ਵਿਸ਼ੇ ਦੇ ਉੱਤੇ ਉਹ ਕਹਿੰਦੇ ਨੇ ਨਹੀਂ ਜੀ ਇਹ ਤਾਂ ਗਵਰਨਮੈਂਟ ਆਫ ਇੰਡੀਆ ਨੇ ਕਰਾਇਆ ਸੀ ਇੰਡੀਆ ਦੀ ਏਜੰਸੀਆਂ ਨੇ ਕਰਵਾਇਆ ਹੈਗਾ ਸੀ ਤੁਸੀਂ ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈਗਾ ਤੁਹਾਡਾ ਵਿਊ ਪੁਆਇੰਟ ਤੁਸੀਂ ਵੀ ਇੱਥੇ ਬਹੁਤ 45 ਸਾਲ ਹੋ ਗਏ ਰਹਿੰਦੇ ਨੂੰ ਤੁਹਾਨੂੰ ਕੀ ਲੱਗਦਾ ਹੈਗਾ ਵੀ ਵਾਕਈ ਕੋਈ ਇੰਡੀਆ ਦੀ ਏਜੰਸੀ ਨੇ ਕਰਵਾਇਆ ਹੋਏਗਾ ਹੈਗਾ ਜਾਂ ਇਹਦੇ ਵਿੱਚ ਕੋਈ ਏਦਾਂ ਦਾ ਕੋਈ ਹੈ ਕੋਈ ਫੈਕਟ ਲੱਗਦਾ ਹੈਗਾ ਐਡੀ ਵੱਡੀ ਇਨਵੈਸਟੀਗੇਸ਼ਨ ਚੋਂ ਕੁਛ ਨਿਕਲ ਕੇ ਆਇਆ ਹੈਗਾ ਜਿਹੜੀ ਕਿ ਉਹਨਾਂ ਤੇ ਉਂਗਲੀ ਉੱਠਦੀ ਹੋਵੇ ਨਹੀਂ ਜੀ ਇਨਵੈਸਟੀਗੇਟਿਵ ਪੱਧਰ ਤੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਸਟਿਸ ਜੌਨ ਮੇਜਰ ਨੇ ਜਦੋਂ ਇਨਕੁਆਇਰੀ ਸਾਰਾ ਉਹ ਕੇਸ ਜਿਹੜਾ ਏਅਰ ਇੰਡੀਆ ਦਾ ਉਹ ਵੀ ਖੁਰਦ ਬੁਰਦ ਹੋ ਗਿਆ ਤਕਰੀਬਨ ਜਿਹੜੀ ਰਿਆਤ ਨੂੰ ਸਜ਼ਾ ਹੋਣੀ ਸੀ ਹੋ ਗਈ ਬਾਗੜੀ ਤੇ ਮਲਕੇ ਤੋਂ ਬਚ ਗਿਆ ਉਦੋਂ ਬਾਅਦ ਜਿਹੜਾ ਕਮਿਸ਼ਨ ਆ ਕਮਿਸ਼ਨ ਆਫ ਇਨਕੁਆਇਰੀ ਦੇ ਵਿੱਚ ਵੀ ਜਿਹੜੀ ਇਹ ਗੱਲ ਆ ਕੁਝ ਧਿਰਾਂ ਨੇ ਇਹ ਉਠਾਈ ਜਿਹੜਾ ਜਿਹੜਾ ਖਦਸ਼ਾ ਕੁਛ ਲੋਕ ਜ਼ਾਹਰ ਕਰਦੇ ਆ ਖਾਸ ਕਰਕੇ ਵਰਲਡ ਸਿੱਖ ਔਰਗਨਾਈਜੇਸ਼ਨ ਜਿਹੜੀ WSO ਆ ਉਹਦੇ ਵੱਲੋਂ ਇੰਟਰਵੈਂਸ਼ਨ ਉਸ ਇਨਕੁਆਇਰੀ ਵਿੱਚ ਕੀਤੀ ਗਈ ਇਹ ਕਿਹਾ ਗਿਆ ਵੀ ਇੱਥੇ ਜੀ ਕੰਸਪਰੇਸੀ ਸੀ ਇੱਥੋਂ ਤੱਕ ਵੀ ਜਿਹੜੇ RCMP ਕੈਨੇਡੀਅਨ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਆ ਉਹਦੇ ਜਿਹੜੇ ਚੀਫ ਆ ਜਿਹਨੂੰ ਕਮਿਸ਼ਨਰ ਕਹਿੰਦੇ ਆ ਸਾਡੇ ਇੱਥੇ ਉਹਨਾਂ ਨੂੰ ਵੀ ਇਹ ਸਵਾਲ ਉੱਥੇ ਪੁੱਛਿਆ ਗਿਆ ਕਿ ਇਸ ਕਿਸਮ ਦੀ ਕਿਸੇ ਇਨਵੋਲਵਮੈਂਟ ਬਾਰੇ ਕੋਈ ਟਰੈਕਿੰਗ ਕਿਸੇ ਕਿਸਮ ਦੀ ਕੀਤੀ ਗਈ ਤੇ ਉਹਨਾਂ ਨੇ ਵੀ ਇਹ ਕਿਹਾ ਕਿ ਜਿਹੜਾ ਹੌਟ ਪਰਸੂਟ ਆ ਜਿਹੜਾ ਪੁਲਿਸ ਕੋਲ ਜਿਹੜੇ ਸਬੂਤ ਆ ਜਦੋਂ ਟਰੈਕ ਕਰਦੇ ਕਿਸੇ ਕ੍ਰਾਈਮ ਨੂੰ ਉਹ ਫੁੱਟ ਸਟੈਪ ਜਿੱਧਰ ਨੂੰ ਲੈ ਕੇ ਜਾਣ ਜਨਰਲੀ ਉੱਧਰ ਨੂੰ ਜਾਇਆ ਜਾਂਦਾ ਤੇ ਉਹ ਉਸ ਜਿੱਧਰ ਨੂੰ ਇਹ ਜਾ ਰਹੀ ਸੀ ਇਨਵੈਸਟੀਗੇਸ਼ਨ ਜਿਹੜੇ ਬੰਦਿਆਂ ਦਾ ਇਹਦੇ ਵਿੱਚ ਹੱਥ ਸੀ ਉਹਦੇ ਬਾਰੇ ਸਬੂਤ ਇੰਨੇ ਜ਼ਿਆਦਾ ਸੀ ਕਿ ਕਿਸੇ ਹੋਰ ਪਾਸੇ ਜਾਣ ਦੀ ਕੋਈ ਲੋੜ ਨਹੀਂ ਸੀ ਇਹਦੇ ਵਿੱਚ ਤੇ ਨਾ ਹੀ ਕੋਈ ਐਸਾ ਸਬੂਤ ਇਸ ਕਿਸਮ ਦਾ ਮਿਲਿਆ ਜਿਹਦੇ ਕਰਕੇ ਕੋਈ ਹੋਰ ਜਿਹੜਾ ਕੋਈ ਵੱਖਰੀ ਜਿਹੜੀ ਐਵਨਿਊ ਨੂੰ ਪਰਸੂ ਕੀਤਾ ਜਾਂਦਾ ਤੇ ਜਿਹੜੇ ਬੰਦੇ ਇਹ ਕਹਿ ਵੀ ਰਹੇ ਆ ਕਿ ਜੀ ਨਹੀਂ ਇਹ ਜਿਹੜਾ ਕਾਂਡ ਆ ਇਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਦਾ ਹੱਥ ਆ ਉਹ ਉਹ ਇਹ ਕਹਿ ਰਹੇ ਆ ਕਿ ਇਹਦੇ ਵਿੱਚ ਤਲਵਿੰਦਰ ਸਿੰਘ ਪਰਮਾਰ ਤੇ ਕਨਵਿਕਟ ਨਹੀਂ ਹੋਇਆ ਤੇ ਲਖਵੀਰ ਸਿੰਘ ਰੋਡੇ ਦਾ ਇਹਦੇ ਵਿੱਚ ਹੱਥ ਆ ਅੱਛਾ ਜੀ ਹਾਂ ਉਹ ਵੀ ਮੈਂ ਹਾਂ ਜੀ ਇੰਟਰਸਟਿੰਗ ਲਖਵੀਰ ਸਿੰਘ ਰੋਡੇ ਦਾ ਹੱਥ ਆ ਇਹਦੇ ਵਿੱਚ ਜਾਨੀ ਜਿਹੜੇ ਉਹ ਇਹ ਕਹਿ ਰਿਹਾ ਵੀ ਕੰਸਪਿਰੇਸੀ ਜਿਹੜੀ ਆ ਉਹ ਰੋਡੇ ਦੇ ਗਾਲੋਂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਕਿ ਮੈਨੂੰ ਲੱਗਦਾ ਵੀ ਨਿਰੀ ਇੱਕ ਡਿਸਟਰੈਕਸ਼ਨ ਵਾਲੀ ਗੱਲ ਆ ਜਦੋਂ ਤੱਕ ਪੁਲਿਸ ਦਾ ਸਵਾਲ ਆ ਪੁਲਿਸ ਨੇ ਲਖਵੀਰ ਸਿੰਘ ਰੋਡੇ ਨੂੰ ਵੀ ਇਨਵੈਸਟੀਗੇਟ ਕੀਤਾ ਪਾਕਿਸਤਾਨ ਜਾ ਕੇ ਜਿਹੜੀਆਂ ਇਹਨਾਂ ਦੀਆਂ ਇਨਵੈਸਟੀਗੇਟਿਵ ਏਜੰਸੀਜ਼ ਆ ਉਹ ਉਹਨੂੰ ਇਹਦੇ ਤੇ ਸਵਾਲ ਵਗੈਰਾ ਕਰਦੀਆਂ ਰਹੀਆਂ ਪਰ ਕਿਤੇ ਵੀ ਕੋਈ ਸਬੂਤ ਡਾਇਰੈਕਟ ਇਨਵੋਲਵਮੈਂਟ ਦਾ ਨਹੀਂ ਮਿਲਿਆ ਜਿਸ ਢੰਗ ਦੇ ਨਾਲ ਡਾਇਰੈਕਟ ਇਨਵੋਲਵਮੈਂਟ ਤਲਵਿੰਦਰ ਸਿੰਘ ਪਰਮਾਰ ਅਜੈਬ ਸਿੰਘ ਬਾਗੜੀ ਤੇ ਆਪਣਾ ਇੰਦਰਜੀਤ ਸਿੰਘ ਰਿਆਤ ਜਿਹੜੀ ਉਹਦੀ ਉਹਦੀ ਇਨਵੋਲਵਮੈਂਟ ਆ ਔਰ ਕੁਝ ਹੋਰ ਬੰਦੇ ਇੱਥੋਂ ਤੱਕ ਰੁਪਦੁੰਮਨ ਸਿੰਘ ਮਾਲਕ ਭਾਵੇਂ ਘੱਟ ਸਬੂਤਾਂ ਕਾਰਨ ਮਾਲਕ ਨੂੰ ਛੱਡ ਦਿੱਤਾ ਗਿਆ ਪਰ ਬਹੁਤ ਸਾਰੇ ਜਿਹੜੇ ਤੰਦ ਆ ਉਹ ਇਹਨਾਂ ਦੇ ਨਾਲ ਜੁੜਦੇ ਆ ਕਾਫੀ ਸਾਰੀਆਂ ਸਰਵੇਲੈਂਸ ਦੀਆਂ ਫੋਟੋ ਸੀਸਸ ਦੀਆਂ ਅਵੇਲੇਬਲ ਆ ਇਹਨਾਂ ਦੀਆਂ ਆਪਣੀਆਂ ਮੀਟਿੰਗਸ ਦੀਆਂ ਅਵੇਲੇਬਲ ਆ ਇਸ ਤੋਂ ਇਲਾਵਾ ਇੱਕ ਇੱਕ ਸ਼ਖਸ ਆ ਜਿਹਦਾ ਨਾਂ ਸੁਰਜਣ ਸਿੰਘ ਗਿੱਲ ਆ ਹਾਂਜੀ
ਇੱਕ ਜੌਹਲ ਆ हाँ जी ਤੇ ਇਹ ਇਹਨਾਂ ਦੋ ਦੀ ਇਨਵੋਲਵਮੈਂਟ ਜਿਹੜੀ ਆ ਉਹਦੇ ਵੀ ਬਹੁਤ ਜ਼ਿਆਦਾ ਸਬੂਤ ਆ। ਜੌਹਲ ਦੀ ਤੇ ਡੈਥ ਹੋ ਗਈ ਸੀ 2002 ਦੇ ਵਿੱਚ, ਉਹਦੀ ਡੈਥ ਹੋ ਗਈ ਸੀ, ਪਰ ਸੁਰਜਨ ਸਿੰਘ ਗਿੱਲ ਬਹੁਤ ਕਲਰਫੁਲ ਪਰਸਨੈਲਿਟੀ ਆ ਇਸ ਸਾਰੇ ਕਾਂਡ ਦੇ ਵਿੱਚ। ਔਰ ਕਿਹਾ ਜਾਂਦਾ ਕਿ ਸੁਰਜਨ ਸਿੰਘ ਗਿੱਲ ਜਿਹੜਾ ਕਿਸੇ ਜ਼ਮਾਨੇ ਦੇ ਵਿੱਚ ਆਪਣੇ ਆਪ ਨੂੰ ਵੈਨਕੂਵਰ ਤੋਂ ਖਾਲਿਸਤਾਨ ਦਾ ਕੌਂਸਲ ਜਨਰਲ ਵੀ ਖਵਾਉਂਦਾ ਰਿਹਾ ਤੇ ਬੋਰ ਖਾਲਸਾ ਦਾ ਵੀ ਮੈਂਬਰ ਸੀ, ਤੇ ਕਿਹਾ ਜਾ ਰਿਹਾ ਕਿ ਉਹ ਜਿਹੜੀ ਕੈਨੇਡਾ ਕੈਨੇਡਾ ਦੀ ਖੁਫੀਆ ਏਜੰਸੀ ਆ ਸੀਸਸ ਇਨਵੈਸਟੀਗੇਟ ਸਿਵਲੀਅਨ ਏਜੰਸੀ ਆ ਉਹਦੇ ਉਹਦਾ ਏਜੰਟ ਸੀ। ਇੱਥੋਂ ਤੱਕ ਕਿ ਜਦੋਂ ਮਲਿਕ ਤੇ ਬਾਗੜੀ ਨੂੰ ਇਨਵੈਸਟੀਗੇਟ ਕੀਤਾ ਆਰਸੀਐਮਪੀ ਨੇ, ਤੇ ਜਿਹੜੇ ਕਾਫੀ ਸਾਰੇ ਸੋਰਸਸ ਆ ਉਹ ਦੱਸਦੇ ਆ ਵੀ ਉਹਨਾਂ ਨੇ ਉਹਨਾਂ ਨੂੰ ਇਹ ਸਵਾਲ ਵੀ ਕੀਤਾ ਕਿ ਸੁਰਜਨ ਸਿੰਘ ਗਿੱਲ ਤੁਹਾਡੇ ਚੋਂ ਬਾਹਰ ਨਿਕਲ ਗਿਆ, ਇਹਦੇ ਬਾਰੇ ਤੁਸੀਂ ਕਿਵੇਂ ਸੋਚਦੇ ਹੋ। ਤੇ ਇਹ ਸਮਝਿਆ ਜਾਂਦਾ ਵੀ ਜਦੋਂ ਇਹ ਪਤਾ ਲੱਗ ਗਿਆ ਵੀ ਕੋਈ ਨਾ ਕੋਈ ਘਟਨਾ ਵਾਪਰਨ ਵਾਲੀ ਆ, ਤੇ ਸੀਸਸ ਨੇ ਸੁਰਜਨ ਸਿੰਘ ਗਿੱਲ ਨੂੰ ਇਸ ਲਹਿਰ ਤੋਂ, ਇਸ ਵਰਕਿੰਗ ਸੈੱਲ ਤੋਂ ਆਪਣੇ ਆਪ ਨੂੰ ਵੱਖ ਕਰਨ ਵਾਸਤੇ ਕਹਿ ਦਿੱਤਾ। ਤੇ 20 ਜੂਨ ਨੂੰ ਸਰਵੇਲੈਂਸ ਦੇ ਵਿੱਚ ਸੁਰਜਨ ਸਿੰਘ ਗਿੱਲ ਤਲਵਿੰਦਰ ਸਿੰਘ ਦੇ ਪਰਿਵਾਰ ਦੇ ਘਰ ਜਾਂਦਾ ਦੇਖਿਆ ਗਿਆ, ਤੇ ਸਮਝਿਆ ਜਾਂਦਾ ਸੀ ਵੀ ਉਹਨੇ ਤਲਵਿੰਦਰ ਸਿੰਘ ਪਰਿਵਾਰ ਨੂੰ ਉਸ ਦਿਨ ਆਪਣਾ ਬਬਰ ਖਾਲਸਾ ਤੋਂ ਰਿਜ਼ਾਈਨ ਪੇਸ਼ ਕਰਤਾ ਵੀ ਆਈ ਐਮ ਨੋ ਲੋਂਗਰ ਮੈਂਬਰ ਆਫ ਬਬਰ ਖਾਲਸਾ। ਇਹਦੀ ਬਾਅਦ ਵਿੱਚ ਤਸਦੀਕ ਵੀ ਹੋ ਗਈ ਕਿਉਂਕਿ ਜਦੋਂ ਤਲਵਿੰਦਰ ਸਿੰਘ ਪਰਮਾਰ ਦੇ ਘਰ ਦੀ ਸਰਚ ਕੀਤੀ ਗਈ ਤੇ ਉਹਦੇ ਵਿੱਚ ਸੁਰਜਨ ਸਿੰਘ ਗਿੱਲ ਦਾ ਉਹ ਰੈਜ਼ਿਗਨੇਸ਼ਨ ਜਿਹੜੀ ਚਿੱਠੀ ਆ ਉਹ ਵੀ ਮਿਲੀ ਉਹਦੇ ਵਿੱਚ। ਜੀ ਸੋ ਸੁਰਜਨ ਸਿੰਘ ਗਿੱਲ ਜਿਹੜਾ ਆ ਉਹਦੀ ਕਾਫੀ ਇਹਦੇ ਵਿੱਚ ਇਨਵੋਲਵਮੈਂਟ ਸੀ। ਸੁਰਜਨ ਸਿੰਘ ਗਿੱਲ ਵੀ ਜਦੋਂ ਉਹਨੇ ਦੇਖਿਆ ਵੀ ਇਨਵੈਸਟੀਗੇਸ਼ਨ ਜਿਹੜੀ ਆ ਉਹਦੇ ਵਿੱਚ ਉਹ ਵੀ ਫੜਿਆ ਜਾ ਸਕਦਾ, ਉਹਨੂੰ ਵੀ ਇਨਵੈਸਟੀਗੇਟ ਕੀਤਾ ਗਿਆ ਏਜੰਸੀਜ਼ ਵੱਲੋਂ, ਪਰ ਚਾਰਜਸ ਜਦੋਂ ਲੇ ਹੋਣ ਦੇ ਨੇੜੇ ਦੀ ਗੱਲ ਆਈ ਤੇ ਪਹਿਲਾਂ ਉਹ ਵੀ ਇੱਥੋਂ ਇੰਗਲੈਂਡ ਨੂੰ ਭੱਜ ਗਿਆ ਕਿਉਂਕਿ ਉਹ ਵੀ ਇੰਗਲੈਂਡ ਦੇ ਵਿੱਚ ਪਹਿਲਾਂ ਰਿਹਾ ਸੀ, ਇੰਗਲੈਂਡ ਚਲਾ ਗਿਆ। ਅੱਜ ਵੀ ਸੁਰਜਨ ਸਿੰਘ ਗਿੱਲ ਇੰਗਲੈਂਡ ਦੇ ਵਿੱਚ ਆ, ਔਰ ਕਾਫੀ ਉਹਦੀ ਨੇੜਤਾ ਇਹਨਾਂ ਸਾਰਿਆਂ ਦੇ ਨਾਲ ਜਿਹੜੇ ਸਾਜਿਸ਼ ਵਾਲੇ ਆ ਘੜਨ ਵਾਲੇ ਆ ਖਾਸ ਕਰਕੇ ਤਲਵਿੰਦਰ ਸਿੰਘ ਪਰਮਾਰ, ਇਹਦੇ ਨਾਲ ਉਹਦੀ ਬਹੁਤ ਨੇੜਤਾ ਰਹੀ ਆ ਸੁਰਜਨ ਸਿੰਘ ਗਿੱਲ ਦੀ। ਤੇ ਉਹਦੇ ਕਾਫੀ ਸਾਰੇ ਸਬੂਤ ਜਿਹੜੇ ਆ ਉਹ ਟੈਰੀ ਮਲਸਕੀ ਨੇ ਵੀ ਡਿਸਕਸ ਕੀਤੀ ਹੈ ਪਰਸਨੈਲਿਟੀ ਤੇ ਇਹਦੇ ਜਿਹੜੇ ਲਿੰਕ ਆ ਇਹਦੇ ਨਾਲ। ਤੇ ਇਸ ਜੀ ਤੋਂ ਇਲਾਵਾ ਜਿਹੜਾ ਜਦੋਂ ਕੇਸ ਚੱਲਿਆ ਉਦੋਂ ਵੀ ਸੁਰਜਨ ਸਿੰਘ ਗਿੱਲ ਦੀ ਕਾਫੀ ਚਰਚਾ ਇਹਦੇ ਵਿੱਚ ਹੋਈ। ਤੇ ਇੱਕ ਹੋਰ ਕਿਤਾਬ ਆ ਲੌਸ ਆਫ ਫੇਥ ਜਿਹੜੀ ਕਿਮ ਬੋਲ ਨੇ ਲਿਖੀ ਆ, ਉਹਦੇ ਵਿੱਚ ਵੀ ਬਹੁਤ ਡਿਟੇਲ ਦੇ ਵਿੱਚ ਆ ਸੁਰਜਨ ਸਿੰਘ ਗਿੱਲ ਦਾ ਜਿਹੜਾ ਸਸਪੈਕਟਡ ਰੋਲ ਆ ਇਹਦੇ ਵਿੱਚ। ਅੱਛਾ ਜੀ, ਅੱਛਾ ਦਿਲ ਸਾਹਿਬ, ਤੁਸੀਂ ਬਹੁਤ ਅੱਛੀ ਇਹਦੇ ਨਾਲ ਜਿਹੜਾ ਹੁਣ ਜਿਹੜੇ ਵਿਕਟਿਮ ਹੈਗੇ ਸੀਗੇ ਉਹਨਾਂ ਬਾਰੇ ਤੁਹਾਡੇ ਉਹਨਾਂ ਦੇ ਨਾਲ ਵੀ ਕੋਈ ਗੱਲਬਾਤ ਹੁੰਦੀ ਹੋਏਗੀ, ਉਹਨਾਂ ਦੇ ਕੀ ਉਹ ਸਮਝਦੇ ਹੈਗੇ ਨੇ ਵੀ ਉਹ ਜਿਹੜੀ ਜਸਟਿਸ ਉਹਨਾਂ ਨੂੰ ਮਿਲਣੀ ਚਾਹੀਦੀ ਹੈਗੀ ਸੀ, ਜੋ ਇਨਵੈਸਟੀਗੇਸ਼ਨ ਦੀ ਆਊਟਕਮ ਹੋਣੀ ਚਾਹੀਦੀ, ਉਹਨਾਂ ਨੂੰ ਲੱਗਦਾ ਹੈਗਾ ਵੀ ਤੁਹਾਨੂੰ ਲੱਗਦਾ ਹੈਗਾ ਵੀ ਉਹਨਾਂ ਨੂੰ ਕੋਈ ਸੈਟੀਸਫੈਕਸ਼ਨ ਹੋਏਗੀ ਇਸ ਚੀਜ਼ ਦੇ ਉੱਤੋਂ, ਜਾਂ ਇਹ ਮਾਮਲਾ ਜਿਹੜਾ ਹੈਗਾ ਇਹ ਹਮੇਸ਼ਾ ਦੇ ਲਈ ਇਹ ਐਦੀ ਉਰਦ ਉਹ ਖੁਰਦ ਬੁਰਦ ਹੋ ਜਾਏਗਾ? ਨਹੀਂ ਜੀ, ਵਿਕਟਮ ਫੈਮਿਲੀਜ਼ ਤੇ ਜਿਹੜੇ ਆਮ ਜਿਹੜੇ ਜਿਨ੍ਹਾਂ ਨੇ ਵੀ ਇਸ ਕੇਸ ਨੂੰ ਬਹੁਤ ਨੇੜਿਓਂ ਵੇਖਿਆ, ਜਿਹੜੇ ਬੁੱਧੀਜੀਵੀ ਆ, ਉਹ ਵੀ ਮਹਿਸੂਸ ਕਰਦੇ ਆ ਵੀ ਇਹਦੀ ਕਲੋਜ਼ਿੰਗ ਨਹੀਂ ਹੋ ਸਕੀ। ਨਹੀਂ ਹੋਈ ਭਾਵੇਂ ਇਹਦੇ ਵਿੱਚ 3 ਵਾਰ ਇੰਦਰਜੀਤ ਸਿੰਘ ਰਾਤ ਨੂੰ ਵੱਖ ਵੱਖ ਸਟੇਜਸ ਦੇ ਵਿੱਚ ਸਜ਼ਾ ਹੋਈ ਆ, ਪਰ ਇਹ ਸਾਰੇ ਦੀ ਸਾਰੀ ਜਿਹੜੀ ਸਾਜਿਸ਼ ਸੀ ਉਹਦੇ ਉਹਦੇ ਘੜਨ ਵਾਲੇ ਜਿਹੜੇ ਲੋਕ ਸੀ, ਉਹਦਾ ਜਿਹੜਾ ਵੱਡਾ ਗਰੁੱਪ ਸੀ, ਉਹਦੇ ਵਿੱਚੋਂ ਕਿਸੇ ਨੂੰ ਵੀ ਇਹਦੇ ਵਿੱਚ ਹੋਰ ਕਿਸੇ ਨੂੰ ਸਜ਼ਾ ਨਹੀਂ ਹੋ ਸਕੀ। ਸੋ ਫੈਮਿਲੀਜ਼ ਨੂੰ ਤੇ ਬੜੀ ਮਜੂਸੀ ਹੋਈ ਆ, ਪਰ ਤੁਸੀਂ ਕੀ ਕਰ ਸਕਦੇ ਹੋ ਐਟ ਐਂਡ ਆਫ ਦਾ ਡੇ, 36 ਸਾਲ ਹੋ ਗਿਆ, ਕੋਈ ਸੰਭਾਵਨਾ ਨਹੀਂ। ਜਦੋਂ ਕਿ ਪਹਿਲਾਂ ਤੇ ਚਾਰਜਸ ਦੀ ਸੰਭਾਵਨਾ ਕੋਈ ਨਹੀਂ ਸੀ, ਜੀ ਤੁਸੀਂ ਦੇਖੋ 85 ਵਿੱਚ ਇਹ ਕਾਂਡ ਵਾਪਰਿਆ ਤੇ 2000 ਦੇ ਵਿੱਚ ਜਾ ਕੇ ਦੋ ਬੰਦੇ ਚਾਰਜ ਕੀਤੇ, ਤੇ 2001 ਦੇ ਵਿੱਚ ਦੁਬਾਰਾ ਉਹਨੂੰ ਇੰਦਰਜੀਤ ਸਿੰਘ ਰਿਆਤ ਨੂੰ ਇਹਦੇ ਵਿੱਚ ਲੈ ਕੇ ਆਉਂਦਾ, 3 ਬੰਦੇ ਚਾਰਜ ਹੋਏ ਸਾਰੇ ਇਹਦੇ ਵਿੱਚ, ਬਿਲਕੁਲ ਤੇ ਫਿਰ ਉਹ ਜਿਹੜਾ ਕੇਸ ਆ ਉਹ ਸਾਬਤ ਨਹੀਂ ਹੋਇਆ 2 ਬੰਦਿਆਂ ਤੇ ਉਹਨਾਂ ਨੂੰ ਬਰੀ ਕਰਨਾ ਪਿਆ। ਸੋ ਫੈਮਿਲੀਜ਼ ਨੂੰ ਬਹੁਤ ਦੁੱਖ ਇਹਦੇ ਵਿੱਚ ਹੰਡਾਉਣਾ ਪਿਆ। ਔਰ ਇਹਦੇ ਵਿੱਚ ਹੋਰ ਇੱਕ ਬੜੀ ਦੁਖਦਾਈ ਗੱਲ ਆ ਚਾਹਲ ਸਾਹਿਬ, ਜੀ ਜਦੋਂ ਇਹ ਘਟਨਾ ਵਾਪਰੀ ਜਿਹੜੀ ਮੌਕੇ ਦੀ ਕੈਨੇਡਾ ਦੀ ਸਰਕਾਰ ਸੀ ਉਹਨੇ ਇਹ ਸਮਝਿਆ ਵੀ ਏਅਰ ਇੰਡੀਆ ਦਾ ਜਹਾਜ਼ ਡਿੱਗਿਆ, ਬਹੁਤੇ ਬੰਦੇ ਜਿਹੜੇ ਇਹਦੇ ਵਿੱਚ ਵਿਕਟਮਸ ਨੇ ਉਹ ਇੰਡੀਅਨ ਬੈਕਗ੍ਰਾਉਂਡ ਦੇ ਆ, ਭਾਵੇਂ ਉਹ ਕੈਨੇਡੀਅਨ ਸ਼ਹਿਰੀ ਸੀ, ਭਾਵੇਂ ਉਹ ਕੈਨੇਡਾ ਦੇ PR ਸੀ, ਪਰਮਾਨੈਂਟ ਰੈਜ਼ੀਡੈਂਟ ਸੀ, ਪਰ ਉਹਨਾਂ ਨੂੰ ਇੰਡੀਅਨ ਹੀ ਸਮਝਿਆ ਉਹਨਾਂ ਨੇ। ਇਸ ਓਕੇ ਕਰਕੇ ਜਿਹੜੇ ਮੌਕੇ ਦੇ ਪ੍ਰਧਾਨ ਮੰਤਰੀ ਬ੍ਰਾਇਨ ਮਲਰੂਨੀ ਸੀ, ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕੋ ਇਸ ਘਟਨਾ ਦਾ ਅਫਸੋਸ ਪ੍ਰਗਟ ਕੀਤਾ ਉਹਨਾਂ ਨੂੰ ਕਾਲ ਕਰਕੇ। ਅੱਛਾ ਉਹਨਾਂ ਅੱਛਾ ਇਹਨਾਂ ਨੇ ਨੇ ਇਹ ਆਪਣਾ ਸਮਝ ਹੀ ਸਮਝਿਆ, ਨਹੀਂ ਹੈਗਾ ਵੀ ਸਾਡਾ ਇਨਸੀਡੈਂਟ ਹੈ, ਇਹ ਹਾਂਜੀ ਸੋਚਦੇ ਸੀ ਵੀ ਸ਼ਾਇਦ ਇੰਡੀਆ ਦਾ ਇਸ਼ੂ ਹੈਗਾ। ਹਾਂਜੀ ਉਹਨਾਂ ਨੇ ਮਤਲਬ ਓਨ ਹੀ ਨਹੀਂ ਕੀਤਾ, ਕੈਨੇਡਾ ਦੀ ਸਰਕਾਰ ਨੇ ਇਸ ਇਨਸੀਡੈਂਟ ਨੂੰ ਓਨ ਹੀ ਨਹੀਂ ਕੀਤਾ ਵੀ ਇਹ ਸਾਡੇ ਦੇਸ਼ ਵਿੱਚ ਵਾਪਰੀ ਆ। ਕੋਈ 20 ਸਾਲ ਓਕੇ 2005 ਦੇ ਵਿੱਚ ਕੋਰਕ ਆਈਲੈਂਡ ਦੇ ਵਿੱਚ ਕੋਸਟ ਦੇ ਕੰਢੇ ਜਿਹੜਾ ਮੈਮੋਰੀਅਲ ਬਣਿਆ ਆ, ਜਦੋਂ 2005 ਦੇ ਵਿੱਚ ਮੈਮੋਰੀਅਲ ਇੰਡੀਆ ਦਾ ਹਰ ਸਾਲ ਉੱਥੇ
ਵਿਕਟਿਮ ਫੈਮਿਲੀਜ਼ ਵੀ ਜਾਂਦੀਆਂ, ਕਈ ਵਾਰ ਕੁਝ ਪੱਤਰਕਾਰ ਤੇ ਕੁਝ ਆਫੀਸ਼ੀਅਲਸ ਵੀ ਜਾਂਦੇ ਆ। ਤੇ 2005 ਵਿੱਚ ਮੌਕੇ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਪਾਲ ਮਾਰਟਨ, ਉਹਨਾਂ ਨੇ ਹਿੱਸਾ ਲਿਆ ਪਹਿਲੀ ਵਾਰ ਗੋਰਕਾ ਆਈਲੈਂਡ ਜਾ ਕੇ, ਤੇ ਉੱਥੇ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਇਹ ਜਿਹੜੀ ਟ੍ਰੈਜਡੀ ਆ, ਇਟ ਇਜ਼ ਅ ਵੈਰੀ ਮੱਚ ਕੈਨੇਡੀਅਨ ਟ੍ਰੈਜਡੀ, ਇਹ ਸਾਜ਼ਿਸ਼ ਇਹਦੀ ਕੈਨੇਡਾ ਵਿੱਚ ਹੋਈ ਆ, ਇਹਦੇ ਵਿੱਚ ਨੁਕਸਾਨ ਕੈਨੇਡੀਅਨਸ ਦਾ ਹੋਇਆ, ਇਸ ਸਾਜ਼ਿਸ਼ ਨੂੰ ਐਕਸੀਕਿਊਟ ਕੈਨੇਡੀਅਨਸ ਨੇ ਕੀਤਾ, ਇਸ ਕਰਕੇ ਇਹ ਜਿਹੜਾ ਡਿਜ਼ਾਸਟਰ ਆ ਇਹ ਕੈਨੇਡੀਅਨ ਡਿਜ਼ਾਸਟਰ ਆ। ਸੋ 20 ਸਾਲ ਕੈਨੇਡਾ ਦੀ ਸਰਕਾਰ ਨੂੰ ਲੱਗੇ ਇਹਨੂੰ ਤਸਲੀਮ ਕਰਨ ਨੂੰ ਕਿ ਇਹ ਘਟਨਾ ਜਿਹੜੀ ਆ ਕੈਨੇਡੀਅਨ ਘਟਨਾ ਆ, ਕੈਨੇਡੀਅਨਸ ਨੇ ਇਹਨੂੰ ਅੰਜਾਮ ਦਿੱਤਾ। ਤੇ ਉਸ ਤੋਂ ਬਾਅਦ 2010 ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਹਾਰਪਰ ਸੀ ਉਸ ਟਾਈਮ ਤੇ, ਉਹਨਾਂ ਨੇ 23 ਜੂਨ 2010 ਨੂੰ ਬਹੁਤ ਹੀ ਸਪਸ਼ਟ ਲਫਜ਼ਾਂ ਦੇ ਵਿੱਚ ਬਿਆਨ ਜਾਰੀ ਕੀਤਾ। ਏਅਰ ਇੰਡੀਆ ਮੈਮੋਰੀਅਲ ਉਹਨਾਂ ਨੇ ਅਟੈਂਡ ਕੀਤਾ ਟੋਰਾਂਟੋ ਦੇ ਵਿੱਚ, ਜਿਹੜਾ ਬਣਿਆ ਆ ਲੇਕ ਦੇ ਕਿਨਾਰੇ, ਔਰ ਉਹਨਾਂ ਨੇ ਬਹੁਤ ਸਪਸ਼ਟਤਾ ਦੇ ਨਾਲ ਕਿਹਾ ਕਿ ਇਹ ਜਿਹੜਾ ਜਿਹੜੀ ਘਟਨਾ ਆ ਟੋਟਲੀ ਕੈਨੇਡੀਅਨ ਆ, ਦਹਿਸ਼ਤਗਰਦ ਕੈਨੇਡੀਅਨ ਸੀਗੇ, ਸਾਜ਼ਿਸ਼ ਕੈਨੇਡੀਅਨ ਸੀ, ਤੇ ਨੁਕਸਾਨ ਜਿਹੜਾ ਹੋਇਆ ਉਹਦੇ ਵਿੱਚ ਬਹੁਤੇ ਜਿਹੜੇ ਸਾਡੇ ਕੈਨੇਡੀਅਨ ਮਾਰੇ ਗਏ ਆ। ਤੇ ਉਹਨਾਂ ਨੇ ਨਾਲ ਹੀ ਜਿਹੜੀ ਪੋਲੀਟੀਕਲ ਮੈਨੀਪੂਲੇਸ਼ਨ ਹੁੰਦੀ ਆ ਵੋਟਾਂ ਦੀ ਖਾਤਰ, ਜਿਹੜੀ ਆਪਾਂ ਦੇਖਦੇ ਹਾਂ ਪਿੱਛੇ ਆਪਣੇ ਦੇਸ਼ ਵਿੱਚ ਵੀ ਹੁੰਦੀ ਆ, ਇਹਨਾਂ ਦੇਸ਼ਾਂ ਵਿੱਚ ਵੀ ਉਹ ਚੱਲ ਪਈ ਆ ਕਿ ਜਿਹੜੇ ਲੋਕ ਸਿਆਸਤਦਾਨਾਂ ਦੀ ਵਾਹ ਮਰੋੜ ਕੇ ਕੰਮ ਵੋਟਾਂ ਦੇ ਨਾਂ ਤੇ ਕਰਾਉਣਾ ਚਾਹੁੰਦੇ ਆ ਉਹ ਕਾਫੀ ਸਰਗਰਮ ਇੱਥੇ ਵੀ ਹੋ ਚੁੱਕੇ ਆ। ਤੇ ਉਹਨਾਂ ਨੇ ਉਹ ਮਿਲਦੇ ਰਹਿੰਦੇ ਆ ਪੋਲੀਟੀਸ਼ੀਅਨਾਂ ਨੂੰ, ਲੌਬੀ ਕਰਦੇ ਰਹਿੰਦੇ ਆ, ਉਹਨਾਂ ਦੀ ਫੰਡ ਰੇਜ਼ਿੰਗ ਕਰਦੇ ਰਹਿੰਦੇ ਆ। ਸੋ ਪ੍ਰਧਾਨ ਮੰਤਰੀ ਹਾਰਪਰ ਨੇ ਆਪਣੀ ਉਸ ਸਟੇਟਮੈਂਟ ਵਿੱਚ ਇਹ ਕਿਹਾ ਸੀ ਕਿ ਉਹ ਲੋਕ ਜਿਹੜੇ ਦਹਿਸ਼ਤਗਰਦ ਕਾਰਵਾਈਆਂ ਕਰਦੇ ਆ ਉਹਨਾਂ ਤੋਂ ਕੈਨੇਡੀਅਨ ਸਿਆਸਤਦਾਨ ਸਾਰੀਆਂ ਹੀ ਸਟ੍ਰਾਈਫ ਦੇ, ਸਾਰੀ ਵਿਚਾਰਧਾਰਾ ਸਾਰੀਆਂ ਪਾਰਟੀਆਂ ਦੇ ਜਿਹੜੇ ਕੈਨੇਡੀਅਨ ਸਿਆਸਤਦਾਨ ਆ ਉਹਨਾਂ ਤੋਂ ਆਪਣਾ ਫਾਸਲਾ ਰੱਖਣ, ਇਹ ਉਹਨਾਂ ਨੇ ਆਪਣੀ ਉਸ ਸਟੇਟਮੈਂਟ ਵਿੱਚ ਕਿਹਾ ਸੀ। ਸੋ ਕੈਨੇਡਾ ਨੂੰ ਤਕਰੀਬਨ 20 ਸਾਲ ਲੱਗੇ ਇਹ ਰੈਕੋਗਨਾਈਜ਼ ਕਰਨ ਨੂੰ ਕਿ ਇਹ ਇਹ ਕੈਨੇਡੀਅਨ ਜਿਹੜੇ ਦਹਿਸ਼ਤਗਰਦ ਆ ਉਹਨਾਂ ਦਾ ਕਾਰਾ ਸੀ। ਵੈਰੀ ਸੈਡ ਦਿਓਲ ਸਾਹਿਬ, ਟਾਈਮ ਬਹੁਤ ਹੋ ਗਿਆ ਹੈਗਾ ਤੇ ਤੁਸੀਂ ਐਂਡ ਦੇ ਵਿੱਚ ਕੰਕਲੂਡ ਕਰਨ ਵਾਸਤੇ ਇਹਦੇ ਵਿੱਚ ਤੁਸੀਂ ਕੰਕਲੂਜਨ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੈਗੇ ਔਰ ਕੀ ਮੈਸੇਜ ਦੇਣਾ ਚਾਹੁੰਦੇ ਹੈਗੇ ਸਾਡੇ ਸਰੋਤਿਆਂ ਨੂੰ? ਦੇਖੋ ਇੱਕ ਗੱਲ ਤੇ ਬਹੁਤ ਸਪਸ਼ਟ ਆ ਕਿ ਜਿਹੜਾ ਇਹ ਜਿਸ ਤਰ੍ਹਾਂ ਦੋ ਪ੍ਰਧਾਨ ਮੰਤਰੀ ਕਹਿ ਚੁੱਕੇ ਆ, ਜਸਟਿਸ ਜੌਨ ਮੇਜਰ ਨੇ ਕਿਹਾ ਕਿ ਜਿਹੜਾ ਸਾਜ਼ਿਸ਼ ਘੜਾ ਸੀ ਉਹ ਤਲਵਿੰਦਰ ਸਿੰਘ ਪਰਮਾਰ ਸੀ। ਇਸ ਕਰਕੇ ਜਿਹੜੇ ਲੋਕ ਵੀ ਸਾਈ ਟਰੈਕ ਕਰਨਾ ਚਾਹੁੰਦੇ ਆ, ਨਹੀਂ ਜੀ ਇਹ ਇਧਰੋਂ ਹੋ ਗਿਆ ਉਧਰੋਂ ਹੋ ਗਿਆ, ਸ਼ਾਇਦ ਜੀ ਇੰਡੀਅਨ ਗਵਰਨਮੈਂਟ ਦੀ ਇਹ 'ਚ ਇਨਵੋਲਵਮੈਂਟ ਆ, ਐਸੀ ਕੋਈ ਗੱਲ ਨਹੀਂ ਹੈ, ਇਹ ਸਿਰਫ ਲੋਕਾਂ ਨੂੰ ਬੇਵਕੂਫ਼ ਬਣਾਉਣ ਵਾਲੀਆਂ ਗੱਲਾਂ ਆ। ਜਸਟਿਸ ਜੌਨ ਮੇਜਰ ਨੇ ਬਹੁਤ ਕਲੀਅਰਲੀ ਇਹਨੂੰ ਇਹਦੀ ਛਾਣਬੀਣ ਕੀਤੀ ਹੈ। ਕੈਨੇਡੀਅਨ ਏਜੰਸੀਜ਼ ਦੀਆਂ ਰਿਪੋਰਟਾਂ ਨੂੰ ਪੜ੍ਹ ਲਓ, ਇਹ ਬਲੱਡ ਫਾਰ ਬਲੱਡ ਜਿਹੜੀ ਕਿਤਾਬ ਆ ਟੈਰੀ ਮਲਸਕੀ ਵਾਲੀ, ਇਹਨੂੰ ਪੜ੍ਹ ਲਓ, ਇਹਦੇ ਵਿੱਚ ਇੰਨੇ ਜ਼ਿਆਦਾ ਸਬੂਤ ਨੇ ਇਹਦੇ ਵਿੱਚ ਕਿ ਇਹ ਤਲਵਿੰਦਰ ਸਿੰਘ ਪਰਮਾਰ ਤੇ ਉਹਦਾ ਜਿਹੜਾ ਗਰੁੱਪ ਸੀ ਬਬਰ ਖਾਲਸਾ ਦਾ, ਇਹ ਉਹਦੀ ਸਾਜ਼ਿਸ਼ ਸੀ, ਇਹ ਦੁਖਾਂਤ ਜਿਹੜਾ ਆ ਉਹਦੇ ਪਿੱਛੇ ਇਹ ਲੋਕ ਸੀ। ਠੀਕ ਆ ਉਹ ਬਚ ਨਿਕਲੇ ਕਿਉਂਕਿ ਉਹਨਾਂ ਨੇ ਜਿਹੜੇ ਸਬੂਤ ਆ ਜਿਹੜੇ ਆਪਣੇ ਟਰੈਕਸ ਆ ਕ੍ਰਾਈਮ ਦੇ ਉਹਨਾਂ ਨੂੰ ਛੁਪਾ ਲਿਆ। ਧਮਕੀਆਂ ਵੀ ਬਹੁਤ ਵਰਤੀਆਂ ਗਈਆਂ, ਇੱਥੋਂ ਤੱਕ ਤਾਰਾ ਸਿੰਘ ਹੇਅਰ ਮੈਂ ਜ਼ਿਕਰ ਕਰਨਾ ਭੁੱਲ ਗਿਆ, ਇਹਦੇ ਵਿੱਚ ਇੰਡੋ ਕੈਨੇਡੀਅਨ ਟਾਈਮਸ ਦੇ ਜਿਹੜੇ ਸੰਪਾਦਕ ਸੀ ਤਾਰਾ ਸਿੰਘ ਹੇਅਰ, ਉਹ ਇਹਦੇ ਵਿੱਚ ਵਿਟਨੈਸ ਸੀ ਕਿਉਂਕਿ ਉਹਨਾਂ ਨੇ ਕੋਈ ਗੱਲਬਾਤ ਦੇਸ਼ ਪ੍ਰਦੇਸ਼ ਅਖਬਾਰ ਜਿਹੜਾ ਇੰਗਲੈਂਡ ਤੋਂ ਛਪਦਾ ਉਹਦੇ ਦਫ਼ਤਰ 'ਚ ਬੈਠਿਆਂ ਬਾਗੜੀ ਦੀ ਜ਼ੁਬਾਨੀ, ਜਦੋਂ ਪਰਦੇ ਦੇ ਪਿੱਛੇ ਬਾਗੜੀ ਦੇਸ਼ ਪ੍ਰਦੇਸ਼ ਦੇ ਸੰਪਾਦਕ ਤਰਸੇਮ ਸਿੰਘ ਪੁਰੇਵਾਲ ਨਾਲ ਗੱਲਬਾਤ ਕਰ ਰਿਹਾ ਸੀ, ਤੇ ਉਹ ਗੱਲਬਾਤ ਤਾਰਾ ਸਿੰਘ ਹੇਅਰ ਨੇ ਸੁਣੀ ਸੀ, ਜਿਹਦੇ ਵਿੱਚ ਕਾਫੀ ਸਾਰੇ ਕਲੂ ਸੀ ਕਿ ਇਹ ਇਸ ਗਰੁੱਪ ਦਾ ਕਾਰ ਆਇਆ। ਸੋ ਤਾਰਾ ਸਿੰਘ ਹੇਅਰ ਇਹਦੇ ਲਈ ਏਅਰ ਇੰਡੀਆ ਬੰਬ ਕਾਂਡ ਦੇ ਵਿੱਚ ਇੱਕ ਵਿਟਨੈਸ ਦੇ ਤੌਰ ਤੇ ਪੇਸ਼ ਹੋਣ ਵਾਲੇ ਸੀ, ਪਰ ਉਹਨਾਂ ਦਾ 1998 ਦੇ ਵਿੱਚ ਕਤਲ ਕਰ ਦਿੱਤਾ ਗਿਆ। ਪਹਿਲਾਂ 1988 ਵਿੱਚ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਹਦੇ ਵਿੱਚ ਉਹ ਕ੍ਰਿਪਲ ਹੋ ਗਏ, ਤੇ 98 ਦੇ ਵਿੱਚ ਉਹਨਾਂ ਤੇ ਦੂਜੇ ਹਮਲਾ ਕੀਤਾ ਗਿਆ ਜਿਹਦੇ ਵਿੱਚ ਉਹ ਮਾਰੇ ਗਏ। ਸੋ ਇਸੇ ਤਰ੍ਹਾਂ ਕੁਝ ਹੋਰ ਗਵਾਹ ਸੀ ਇਸ ਕਿਤਾਬ ਦੇ ਵਿੱਚ, ਉਹਨਾਂ ਦਾ ਤੁਹਾਨੂੰ ਜ਼ਿਕਰ ਲੱਭੇਗਾ। ਇੱਕ ਮਿਸ ਡੀ, ਇੱਕ ਮਿਸ ਈ ਦੇ ਨਾਂ ਤੇ ਜਾਣੀਆਂ ਜਾਂਦੀਆਂ ਦੋ ਔਰਤਾਂ ਆ ਇੰਡੋ ਕੈਨੇਡੀਅਨ ਬੈਕਗ੍ਰਾਉਂਡ ਦੀਆਂ, ਜਿਹਨਾਂ ਦਾ ਸਿਕਿਉਰਿਟੀ ਰੀਜ਼ਨਸ ਕਰਕੇ ਨਾਂ ਨਹੀਂ ਲਿਆ ਗਿਆ ਜੀ। ਉਹ ਵੀ ਮਤਲਬ ਜਿਹੜੇ ਸਬੂਤ ਆ ਉਹ ਡਾਇਰੈਕਟਲੀ ਬੇਖੌਫ ਹੋ ਕੇ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀਆਂ ਕਿਉਂਕਿ ਇਸ ਇਹ ਜਿਹੜੀ ਗੈਂਗ ਆ ਇਹਨਾਂ ਦਾ ਡਰ ਹੀ ਇੰਨਾ ਜ਼ਿਆਦਾ ਸੀ ਦਹਿਸ਼ਤਗਰਦਾਂ ਦਾ ਕਿ ਇਹ ਕਾਮਯਾਬ ਰਹੇ ਗਵਾਹਾਂ ਨੂੰ ਡਰਾਉਣ ਧਮਕਾਉਣ ਵਿੱਚ। ਅੱਜ ਵੀ ਮਿਸਟਰ ਐਕਸ ਨਾਂ ਦਾ ਜਿਹੜਾ ਬੰਦਾ ਉਹ ਕਿਤੇ ਨਾ ਕਿਤੇ ਕੈਨੇਡਾ ਵਿੱਚ ਰਹਿੰਦਾ, ਜਿਹੜਾ ਓਨਟੇਰੀਓ ਤੋਂ ਬੰਬ ਬਣਾਉਣ ਗਿਆ ਸੀ, ਤੇ ਜੇ ਬਹੁਤ ਸਾਰੇ ਲੋਕ ਉਹਨੂੰ ਜਾਣਦੇ ਹੋਣਗੇ, ਇੰਦਰਜੀਤ ਸਿੰਘ ਰਿਆਤ ਜਿਵੇਂ ਇਸ ਬੰਬ ਕਾਂਡ ਦਾ ਹਿੱਸਾ ਸੀ। ਸੋ ਜੇ ਗਵਰਨਮੈਂਟ ਆਫ ਇੰਡੀਆ ਦੀ ਸਾਜ਼ਿਸ਼ ਕੁਛ ਲੋਕ ਸਮਝਦੇ ਆ ਤੇ ਇਹਨਾਂ ਨੂੰ ਪੁੱਛ ਲੈਣ ਕਿ ਮਿਸਟਰ ਐਕਸ ਨੂੰ ਪੁੱਛ ਲੈਣ ਵੀ ਭਾਈ ਦੱਸ
ਕੌਣ ਸੀ ਤੇਰੇ ਪਿੱਛੇ, ਗਵਰਨਰ ਆਫ ਇੰਡੀਆ ਸੀ ਜਾਂ ਤਲਵਿੰਦਰ ਸਿੰਘ ਪਰਮਾਰ ਸੀ ਜਾਂ ਕੋਈ ਹੋਰ ਸੀ, ਤੇ ਇਸੇ ਤਰ੍ਹਾਂ ਰਿਆਤ ਨੂੰ ਪੁੱਛ ਲੈਣ। ਸੋ ਇਹ ਜਿਹੜੇ ਲੋਕ ਇਸ ਢੰਗ ਦੇ ਨਾਲ ਸਾਈਡ ਟਰੈਕ ਕਰਕੇ ਜਿਹੜੇ ਅਸਲੀ ਅਸਲ ਵਿੱਚ ਗਿਲਟੀ ਲੋਕ ਆ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ, ਇਹਨਾਂ ਤੇ ਵਿਸ਼ਵਾਸ ਕਰਨ ਦੀ ਕੋਈ ਲੋੜ ਨਹੀਂ। ਔਰ ਭਵਿੱਖ ਦੇ ਵਿੱਚ ਬਹੁਤ ਧਿਆਨ ਰੱਖਣਾ ਚਾਹੀਦਾ ਇਸ ਕਿਸਮ ਦੀਆਂ ਜਿਹੜੀਆਂ ਕਾਰਵਾਈਆਂ ਆ ਉਹਨਾਂ ਨੂੰ ਹਵਾ ਨਾ ਦਿੱਤੀ ਜਾਵੇ, ਜੀ ਇਹੋ ਜਿਹੇ ਜਿਹੜੇ ਆਂਸਰ ਆ ਉਹਨਾਂ ਦਾ ਸਮਰਥਨ ਨਾ ਕੀਤਾ ਜਾਵੇ। ਬਿਲਕੁਲ ਜੀ, ਬਿਲਕੁਲ, ਕਿਉਂਕਿ ਉਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਕੋਈ ਜ਼ਿਆਦਾ ਸਟਰੋਂਗ ਨਹੀਂ ਹੈਗਾ ਸੀ, ਇਸ ਕਰਕੇ ਕੋਈ ਚਰਚਾ ਦਾ ਵਿਸ਼ਾ ਬਹੁਤ ਜ਼ਿਆਦਾ ਦੁਨੀਆ ਦੇ ਵਿੱਚ ਨਹੀਂ ਬਣਿਆ ਹੈਗਾ, ਹਾਲਾਂਕਿ ਬਹੁਤ ਵੱਡੀ ਟ੍ਰੈਜਡੀ ਸੀ। ਜੇਕਰ ਇਹ ਇਨਸੀਡੈਂਟ ਅੱਜ ਕੱਲ੍ਹ ਹੋਇਆ ਹੁੰਦਾ ਹੈਗਾ ਵੀ ਜਿਸ ਤਰ੍ਹਾਂ ਆਪਣੀ ਸਿੱਖਾਂ ਦੀ ਸ਼ਮੂਲੀਅਤ ਹੈਗੀ ਸੀ, ਜਾਂ ਕੋਈ ਵੀ ਰੈਡੀਕਲ, ਕੋਈ ਖਾਲਿਸਤਾਨੀ ਜਾਂ ਕੋਈ ਵੀ ਜਿਹੜੇ ਬੰਦੇ ਆਲਰੇਡੀ ਕਨਵਿਕਟ ਹੋ ਗਏ ਹੈਗੇ, ਜੇਕਰ ਅੱਜ ਕੱਲ੍ਹ ਇਹ ਇਨਸੀਡੈਂਟ ਹੁੰਦਾ ਹੈਗਾ ਤਾਂ ਸਿੱਖਾਂ ਲਈ ਇੱਕ ਬਹੁਤ ਵੱਡੀ ਨਮੋਸ਼ੀ ਹੋਣੀ ਹੈਗੀ ਸੀ, ਇੱਕ ਬਹੁਤ ਵੱਡੇ ਉਹਦੇ ਕਨਸੀਕੁਐਂਸਿਸ ਬੜੇ ਗਲਤ ਹੋਣੇ ਹੈਗੇ ਸੀਗੇ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਦਿਓਲ ਸਾਹਿਬ, ਤੁਸੀਂ ਸਾਡੇ ਲਈ ਬਹੁਤ ਕੀਮਤੀ ਸਮਾਂ ਕੱਢਿਆ ਹੈਗਾ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਡਿਫਰੈਂਟ ਡਿਫਰੈਂਟ ਮੁੱਦਿਆਂ ਦੇ ਉੱਤੇ, ਕਿਉਂਕਿ ਤੁਹਾਡਾ 40-45 ਸਾਲ ਦਾ ਇਸ ਕੰਟਰੀ ਦੇ ਵਿੱਚ, ਕੈਨੇਡਾ ਦੇ ਵਿੱਚ, ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਬਹੁਤ ਜ਼ਿਆਦਾ ਤੁਹਾਡੀ ਪਛਾਣ ਹੈਗੀ ਹੈ, ਔਰ ਬਹੁਤ ਜ਼ਿਆਦਾ ਤੁਸੀਂ ਡੂੰਘੇ ਨੇੜੇ ਤੋਂ ਦੇਖੇ ਹੈਗੇ ਨੇ ਕਈ ਜਿਹੜੇ ਇੰਸੀਡੈਂਟ ਹੈਗੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਫੇਰ ਤਕਲੀਫ ਦੇਵਾਂਗੇ ਹੈਗੇ, ਔਰ ਤੁਹਾਨੂੰ ਫੇਰ ਤੁਹਾਡੇ ਸਰੋਤਿਆਂ ਦੇ ਰੂਬਰੂ ਕਰਾਵਾਂਗੇ। ਅੱਜ ਦੇ ਲਈ ਇੱਥੇ ਅਸੀਂ ਖਤਮ ਕਰਦੇ ਹੈਗੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ।